हर राय नमो कर जोरी नमो श्री हर कृष्ण मनाओ बहोरी तेग बहादुर परम कृपाला जी परम कृपाला श्री गुरु गोविंद सिंह बेसाला तरा पर पुन पुन सीसा जी पुन पुन सीसा बंदो बार बार जगदीसा एकंकार सतगुरु ते प्रसाद सच होए वाहे गुरु जी की फतेह है बेगन बिनाशन सोए वाहे गुरु जी की फतेह है बेगन बिनाशन सोए सतनाम श्री वाहे गुरु साहिब जी दोहरा संचत ज्ञान प्रभाव सो ज्ञानी करह विनाश जिम अनाज मंदर सहत दाह अगन प्रकाश वाहे गुरु जी का खालसा वाहे गुरु जी की फतेह जोगो जोगा टल शब्द गुरु श्री गुरु ग्रंथ साहिब जी की पावन पवित्र हजूरी च हाजरियां भर के आप समूह माई भाई अपने जीवन दियां कुछ घड़ियां ते कीमती सवास गुरु लेखे लाउंदियां सफला और सकारथा कर रहे हो सतगुरां दी रब्बी बाणी दे कीर्तन रागी सिंघां दी रसना तो आप जी ने सरवण कीते हन लड़ीवार सतगुरां दे पावन इतिहास की कथा सरवण करन लई गुरु चरणा विच तत्पर हो के सावधान हो के जुड़ बैठे हो सिंघां ने कलगीधर पातशाह नूं बेनती कीती है महाराज सानू कर्मा दी जिहड़ी फिलासफी है कर्मा दा जिहड़ा सिद्धांत है वह समझाओ गुरदेव ने बचन कीता भाई दया सिंह जी मेरा रूप ने तुसी जो सवाल करोगे भाई दया सिंह जी तुहानू जवाब देणगे ये कह के सतगुरु जी अपने निजासन ते चले गए भाई दया सिंह जी ने आख्या मैं उही बोलांगा जो कलगीधर पातशाह मेरे तो बुलाउणगे मैं तां काठ दी पुतली हाँ कर्म निर्णय कीता है कि तीन प्रकार दे कर्म ने प्रारब्ध कर्म हन संचित कर्म ने और क्रियामान कर्म ने उहदे लई उदाहरण दित्ती है कि जिवें पत्थे विच तीर हुंदे ने उह पत्थे विच पए होए जिहड़े तीर ने उह संचित कर्म ने उहदे विचों इक तीर चिले ते चाढ़ के चला दित्ता है उह चलिया होया तीर प्रारब्ध कर्म है और जिहड़ा हाले चिले ते चाढ़िया होया चलाया नहीं है उह क्रियामान कर्म है जो प्रारब्ध कर्म है वह ज्ञानी ते अज्ञानी दोनों एक समान भोगना पैंदा क्योंकि जो चल चुका है हुण उहनूं तां उहने तां अपना पूरा जोर विखा के डिगना है निष्फल होना जो तीर चल गया क्योंकि वह चल चुका है जिहड़े पत्थे विच पए ने वह भी नष्ट किए जा सकते ने
ਜਿਹੜਾ ਤੀਰ ਚਿਲੇ ਤੇ ਚਾੜਿਆ ਹੋਇਆ ਕਿਰਿਆਮਾਨ ਹੈ ਉਹ ਵੀ ਨਸ਼ਟ ਕੀਤਾ ਜਾ ਸਕਦਾ। ਅੰਤਸ਼ਕਰਨ ਦੇ ਪੱਥੇ ਵਿੱਚ ਸਾਰੇ ਕਰਮਾਂ ਦੇ ਤੀਰ ਪਏ ਹੋਏ ਨੇ। ਅੰਤਕਰਨ ਚੇਤਨ ਦਾ ਆਭਾਸ ਔਰ ਤੀਸਰਾ ਅਗਿਆਨ ਜਿਸ ਨੂੰ ਅਵਿਦਿਆ ਕਹਿੰਦੇ ਆ, ਇਹਨਾਂ ਤਿੰਨਾਂ ਦੇ ਸੁਮੇਲ ਤੋਂ ਫਿਰ ਉਹਦੇ ਵਿੱਚ ਉਹ ਕਰਮਾਂ ਦੇ ਸੰਸਕਾਰ ਜਿਹੜੇ ਨੇ ਉਹ ਜਮ੍ਹਾਂ ਹੁੰਦੇ ਆ। ਇਹ ਕੱਲ ਦੀ ਕਥਾ ਵਿੱਚ ਆਪਾਂ ਕਰਮ ਨਿਰਣੇ ਕੀਤੇ ਨੇ। ਹੁਣ ਜੋ ਪ੍ਰਾਰਬਧ ਹੈ ਉਹ ਸਭ ਨੂੰ ਭੋਗਣੀ ਪਏਗੀ, ਚਾਹੇ ਉਹ ਗਿਆਨੀ ਹੈ ਚਾਹੇ ਉਹ ਅਗਿਆਨੀ ਹੈ। ਪਰ ਭਾਈ ਦਇਆ ਸਿੰਘ ਜੀ ਅੱਗੇ ਦੱਸ ਰਹੇ ਨੇ ਵੀ ਜਿਹੜੇ ਸੰਚਿਤ ਤੇ ਕਿਰਿਆਮਾਨ ਕਰਮ ਨੇ ਉਹ ਕਿਵੇਂ ਨਸ਼ਟ ਹੁੰਦੇ ਨੇ ਸਾਧਨਾ ਕੀਤਿਆਂ, ਉਹ ਕਥਾ ਆਪਾਂ ਅੱਜ ਵਿਚਾਰਨੀ ਹੈ। ਗੁਰੂ ਸਾਹਿਬ ਦੇ ਚਰਨਾਂ ਵਿੱਚ ਆਪਣੀ ਸੁਰਤੀ ਬਿਰਤੀ ਜੋੜੀਏ, ਕਲਗੀਧਰ ਦੇ ਪਾਵਨ ਚਰਨਾਂ ਵਿੱਚ ਆਪਣੀ ਸੁਰਤੀ ਜੋੜਦੇ ਆਖੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਦੋਹਰਾ ਸੰਚਿਤ ਗਿਆਨ ਪ੍ਰਭਾਵ ਸੋ ਗਿਆਨੀ ਕਰਹਿ ਬਿਨਾਸ਼। ਜਿਹੜੇ ਸੰਚਿਤ ਕਰਮ ਨੇ ਜਮ੍ਹਾਂ ਕੀਤੇ ਹੋਏ ਕਈ ਜਨਮਾਂ ਦੇ ਜਿਹੜੇ ਕਰਮ ਨੇ ਉਹਨੂੰ ਸੰਚਿਤ ਕਹਿੰਦੇ ਆ। ਉਹਨਾਂ ਵਿੱਚੋਂ ਕੁਝ ਜਿਹੜੇ ਜਿਨ੍ਹਾਂ ਦਾ ਪ੍ਰਾਰਬਧ ਬਣ ਚੁੱਕੀ ਹੈ, ਆਹ ਮਨੁੱਖੀ ਸਰੀਰ ਸਾਨੂੰ ਮਿਲ ਗਈ ਹੈ, ਕਾਇਆ ਮਿਲ ਗਈ ਹੈ। ਪ੍ਰਾਰਬਧ ਦੇ ਤਿੰਨ ਭੋਗ ਦੱਸੇ ਨੇ, ਫਲ ਦੱਸੇ ਨੇ, ਭੋਗ ਆਰਬਲ ਤੇ ਜਾਤੀ, ਉਹ ਵੀ ਆਪਾਂ ਕੱਲ ਵਿਚਾਰਿਆ। ਪਰ ਜਿਹੜੇ ਜਮ੍ਹਾਂ ਪਏ ਨੇ ਹਾਲੇ ਕਈ ਜਨਮਾਂ ਦੇ, ਉਹ ਕਿਤੇ ਪ੍ਰਾਰਬਧ ਨਾ ਬਣਨ, ਕਿਉਂਕਿ ਜੋ ਪ੍ਰਾਰਬਧ ਬਣਨਗੇ ਤੇ ਜਨਮ ਮਰਨ ਹੋਵੇਗਾ, ਆਵਾਗਮਨ ਹੋਵੇਗਾ। ਉਹ ਪ੍ਰਾਰਬਧ ਨਾ ਬਣਨ ਇਸ ਕਰਕੇ ਅਸੀਂ ਅਧਿਆਤਮਕ ਰਾਹ ਤੇ ਚੱਲ ਕੇ ਧਰਮ ਦੀ ਸਾਧਨਾ ਕਰਦੇ ਹਾਂ। ਔਰ ਜਦੋਂ ਕੋਈ ਸਾਧਨਾ ਕਰਦੇ ਹਾਂ ਗਿਆਨ ਤੱਕ ਪਹੁੰਚ ਕੇ ਪਰਮ ਗਿਆਨੀ ਹੋ ਜਾਂਦਾ, ਜਿਸ ਨੂੰ ਬ੍ਰਹਮ ਗਿਆਨੀ ਕਹਿੰਦੇ ਹਾਂ। ਜਦੋਂ ਕਿਸੇ ਦੇ ਅੰਦਰ ਬ੍ਰਹਮ ਦਾ ਸਾਕਸ਼ਾਤਕਾਰ ਹੋ ਜਾਂਦਾ ਹੈ, ਬ੍ਰਹਮ ਗਿਆਨ ਹੋ ਜਾਂਦਾ ਹੈ, ਤਾਂ ਉਹਦੇ ਜਿਤਨੇ ਵੀ ਉਹ ਸੰਚਿਤ ਕਰਮ ਨੇ ਜਮ੍ਹਾਂ ਪਏ ਹੋਏ ਉਹ ਸਾਰੇ ਦਗਦ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਸਾਰੇ ਸੰਚਿਤ ਕਰਮਾਂ ਦਾ ਅਭਾਵ ਦਾ ਮਤਲਬ ਹੁੰਦਾ ਵੀ ਉਹ ਸਾਰੇ ਖਤਮ ਹੋ ਜਾਂਦੇ ਨੇ, ਨਸ਼ਟ ਹੋ ਜਾਂਦੇ ਨੇ। ਮੈਂ ਆਪਣੇ ਵਿਦਿਆ ਦਾਤਾ ਜੀ ਨੂੰ ਪੁੱਛਿਆ, ਮਹਾਰਾਜ ਉਹ ਨਸ਼ਟ ਕਿਵੇਂ ਹੁੰਦੇ ਆ? ਬ੍ਰਹਮ ਗਿਆਨੀ ਦੇ ਜਿਤਨੇ ਵੀ ਕਰਮ ਹੁੰਦੇ ਨੇ ਸੰਚਿਤ, ਉਹ ਫਲ ਦਿੱਤੇ ਬਿਨਾਂ ਨਸ਼ਟ ਕਿਵੇਂ ਹੁੰਦੇ ਨੇ? ਤਾਂ ਉਹਨਾਂ ਨੇ ਬੜਾ ਸੁੰਦਰ ਜਵਾਬ ਦਿੱਤਾ, ਉਦਾਸੀਨ ਮਹਾਂਪੁਰਸ਼ ਜਿਨ੍ਹਾਂ ਕੋਲੋਂ ਦਾਸ ਨੇ ਵਿਦਿਆ ਗ੍ਰਹਿਣ ਕੀਤੀ ਹੈ, ਉਹ ਕਹਿਣ ਲੱਗੇ ਕਿ ਬ੍ਰਹਮ ਗਿਆਨੀ ਦੀ ਨਿੰਦਾ ਕਰਨ ਵਾਲੇ, ਉਹਨਾਂ ਦੇ ਜਿੰਨੇ ਮਾੜੇ ਕਰਮਾਂ ਨੇ, ਜਿੰਨੇ ਵੀ ਸੰਚਿਤ ਕਰਮ ਜਿਹੜੇ ਮਾੜੇ ਕਰਮ ਨੇ, ਉਹ ਨਿੰਦਾ ਕਰਨ ਵਾਲੇ ਲੈ ਜਾਂਦੇ ਆ, ਔਰ ਉਹਨਾਂ ਦੇ ਜਿੰਨੇ ਚੰਗੇ ਕਰਮ ਨੇ ਉਹ ਵੀ ਤਾਂ ਜਮ੍ਹਾਂ ਪਏ ਨੇ ਨਾ, ਉਹ ਉਹਨਾਂ ਦੀ ਉਸਤਤ ਕਰਨ ਵਾਲੇ ਲੈ ਜਾਂਦੇ ਆ। ਇਸ ਤਰ੍ਹਾਂ ਉਹਨਾਂ ਦੇ ਸਾਰੇ ਕਰਮ ਉਹ ਕਰਮਾਂ ਤੋਂ ਵਿਹਲੇ ਹੋ ਜਾਂਦੇ, ਨਾ ਚੰਗੇ ਕਰਮ ਰਹਿੰਦੇ ਆ ਉਹਨਾਂ ਦੇ ਨਾ ਮਾੜੇ, ਕਿਉਂਕਿ ਚੰਗੇ ਰਹਿਣਗੇ ਫਿਰ ਜਨਮ ਮਿਲੇਗਾ, ਮਾੜੇ ਰਹਿਣਗੇ ਤਾਂ ਵੀ ਜਨਮ ਮਿਲੇਗਾ, ਜਦੋਂ ਖਤਮ ਹੀ ਹੋ ਗਏ ਫਿਰ ਜਨਮ ਹੀ ਨਹੀਂ ਰਹੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਬੜੀ ਗੂੜ ਕਥਾ ਹੈ ਕਰਮਾਂ ਦੀ, ਜਿਹੜੀ ਗਤੀ ਹੈ ਨਾ, ਉਹਨਾਂ ਨੇ ਬਕਾਇਦਾ ਆਪਣੇ ਉੱਤੇ ਲਿਖ ਕੇ ਲਾਇਆ ਹੋਇਆ ਸੀ ਉੱਤੇ, ਕਹਿਣਾ ਕਰਮ ਗਤੀ। ਇਹ ਕਰਮ ਗਤੀ ਬੜੀ ਡੂੰਘੀ ਹੈ, ਇਸ ਨੂੰ ਸਮਝ ਸਕਣਾ ਬੜਾ ਕਠਿਨ ਹੈ। ਇਤਨਾ ਕਠਿਨ ਹੈ ਕਿ ਜਿਵੇਂ ਜਿਵੇਂ ਸੁਰਤੀ ਸੂਖਸ਼ਮ ਹੁੰਦੀ ਚਲੀ ਜਾਂਦੀ ਹੈ, ਇਹ ਪਰਦੇ ਜਿਹੜੇ ਨੇ ਪਾਸੇ ਹੁੰਦੇ ਚਲੇ ਜਾਂਦੇ ਨੇ। ਤੋ ਜਿਹੜਾ ਬ੍ਰਹਮ ਗਿਆਨੀ ਹੈ ਉਸ ਦੇ ਅੰਦਰ ਇਹ ਜਿਤਨੇ ਵੀ ਕਰਮ ਨੇ ਸੰਚਿਤ ਜਮ੍ਹਾਂ ਕੀਤੇ ਹੋਏ, ਜਿਹੜੇ ਉਹ ਪੱਥੇ ਵਿੱਚ ਪਏ ਹੋਏ ਤੀਰ ਨੇ, ਉਹ ਸਾਰੇ ਨਸ਼ਟ ਹੋ ਜਾਂਦੇ ਨੇ। ਹਾਂਜੀ, ਜਿਮ ਅਨਾਜ ਮੰਦਰ ਸਹਿਤ ਦਾਹੈ ਅਗਨ ਪ੍ਰਕਾਸ਼। ਉਦਾਹਰਣ ਦਿੰਦੇ ਨੇ ਕਿਵੇਂ ਨਸ਼ਟ ਹੁੰਦੇ ਨੇ, ਜਿਵੇਂ ਕਿਸੇ ਕੱਖਾਂ ਦੀ ਕੁੱਲੀ ਵਿੱਚ ਅੰਦਰ ਕਣਕ ਰੱਖੀ ਹੋਈ ਸੀ, ਜਾਂ ਜੀਰੀ ਰੱਖੀ ਹੋਈ, ਧਾਨ ਰੱਖਿਆ ਹੋਇਆ ਸੀ, ਉਹ ਬਾਹਰਲਾ ਜਿਹੜਾ ਮਕਾਨ ਸੀ ਉਹ
ਝੁੱਗੀ ਬਣੀ ਹੋਈ ਉਹਨੂੰ ਵੀ ਸਾੜ ਦਿੱਤਾ, ਜਦੋਂ ਉਹ ਸੜੀ ਉਹਦੇ ਅੰਦਰ ਜਿਹੜੀ ਫਸਲ ਪਈ ਸੀ ਉਹ ਵੀ ਸੜ ਗਈ। ਕਹਿੰਦੇ ਜਿਵੇਂ ਅਨਾਜ ਮੰਦਰ ਦੇ ਸਹਿਤ ਸੜ ਜਾਂਦਾ, ਇਸੇ ਤਰ੍ਹਾਂ ਬ੍ਰਹਮ ਗਿਆਨੀ ਦੇ ਅੰਦਰ ਜਦੋਂ ਬ੍ਰਹਮ ਗਿਆਨ ਉਜਾਗਰ ਹੁੰਦਾ, ਬ੍ਰਹਮ ਗਿਆਨ ਦੀ ਅਗਨੀ ਪ੍ਰਜਵਲਿਤ ਹੁੰਦੀ ਹੈ, ਇਹ ਬ੍ਰਹਮ ਗਿਆਨ ਦੀ ਅੱਗ ਹੈ ਜਦੋਂ ਅੰਦਰ ਬਲਦੀ ਹੈ, ਉਹਦੇ ਨਾਲ ਅੰਤਸ਼ਕਰਨ ਰੂਪੀ ਕੋਠੜੀ ਵਿੱਚ ਜਿੰਨੇ ਕਰਮਾਂ ਦੇ ਬੀਜ ਪਏ ਹੋਏ ਨੇ, ਕਰਮਾਂ ਦੀ ਫਸਲ ਪਈ ਹੋਈ ਹੈ, ਅੰਤਹਕਰਨ ਦੇ ਸਮੇਤ ਉਹ ਸਾਰੇ ਨਸ਼ਟ ਹੋ ਜਾਂਦੇ ਨੇ। ਨਾ ਅੰਤਹਕਰਨ ਰਹਿੰਦਾ, ਨਾ ਹੀ ਉਹ ਕਰਮ ਰਹਿੰਦੇ ਨੇ। ਜਦੋਂ ਅੰਤਹਕਰਨ ਹੀ ਚੱਲਿਆ, ਗਿਆਨੀ ਦੇ ਅੰਦਰ ਤਾਂ ਮਨ ਵੀ ਨਹੀਂ ਰਹਿ ਜਾਂਦਾ, ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹਦੇ ਅੰਦਰ ਮਨ ਨਹੀਂ ਰਹਿ ਜਾਂਦਾ। ਗਿਆਨੀ ਕਾ ਮਨ ਨਹੀਂ ਹੋਤਾ, ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹਦਾ ਮਨ ਨਹੀਂ ਹੁੰਦਾ, ਉਹ ਮਨ ਤੋਂ ਰਹਿਤ ਹੁੰਦਾ। ਇਸ ਕਰਕੇ ਜਦੋਂ ਮਨ ਹੀ ਨਹੀਂ ਰਹੇਗਾ ਤਾਂ ਫਿਰ ਕਰਮ ਕਿੱਥੇ ਟਿਕਣਗੇ। ਜਦੋਂ ਮਕਾਨ ਹੀ ਤੋੜ ਦਿੱਤਾ, ਉਹਦੇ ਵਿੱਚ ਜਿਹੜੇ ਪਏ ਬੀਜ ਸਨ ਉਹ ਤਾਂ ਸੜਨਗੇ ਜਦੋਂ ਮਕਾਨ ਸੜੇਗਾ। ਤੋ ਕਹਿੰਦੇ ਇਸ ਪ੍ਰਕਾਰ ਨਾਲ ਬ੍ਰਹਮ ਗਿਆਨੀ ਦੇ ਅੰਦਰ ਜਿਤਨੇ ਵੀ ਜਮ੍ਹਾਂ ਕੀਤੇ ਹੋਏ ਸੰਚਿਤ ਕਰਮ ਨੇ ਉਹ ਬ੍ਰਹਮ ਗਿਆਨ ਦੀ ਅਗਨੀ ਦੁਆਰਾ ਨਸ਼ਟ ਹੋ ਜਾਂਦੇ ਹਨ। ਮੰਦਰ ਸਹਿਤ ਅਨਾਜ ਕੇ ਜਬ ਪਾ ਜਲ ਕੈ ਛਾਰ। ਜਦੋਂ ਮੰਦਰ ਦੇ ਸਹਿਤ ਅਨਾਜ ਦੋਵੇਂ ਹੀ ਸੜ ਕੇ ਸਵਾਹ ਹੋ ਗਏ। ਅੰਕੁਰ ਕੋ ਨਾ ਸਮਰੱਥ ਪੁਨ ਜਾ ਕੋ ਤਿਸੀ ਪ੍ਰਕਾਰ। ਜਿਹੜਾ ਸੜਿਆ ਹੋਇਆ ਅੰਨ ਹੁੰਦਾ ਉਹ ਉਗਦਾ ਨਹੀਂ ਸਕਦਾ। ਜਦੋਂ ਕੋਈ ਅੰਨ ਸੜ ਜਾਏ, ਫਸਲ ਸੜ ਜਾਏ, ਬੀਜ ਸੜ ਜਾਏ, ਫਿਰ ਉੱਗੇਗਾ ਨਹੀਂ, ਜਿੰਨਾ ਮਰਜ਼ੀ ਬੀਜ ਵਧੀਆ ਜ਼ਮੀਨ 'ਚ ਉਹਨੂੰ ਬੀਜ ਲਓ। ਇਸੇ ਤਰ੍ਹਾਂ ਕਹਿੰਦੇ ਬ੍ਰਹਮ ਗਿਆਨੀ ਦੇ ਜਿਤਨੇ ਵੀ ਕਰਮ ਨੇ ਸੰਚਿਤ ਕਰਮ, ਉਹ ਸੜ ਕੇ ਸਵਾਹ ਹੋ ਜਾਂਦੇ ਨੇ, ਉਹ ਮੁੜ ਕੇ ਅੰਕੁਰਿਤ ਨਹੀਂ ਹੁੰਦੇ, ਉਹ ਮੁੜ ਕੇ ਫਿਰ ਉੱਗਦੇ ਨਹੀਂ, ਪੈਦਾ ਨਹੀਂ ਹੁੰਦੇ। ਚਾਪਈ ਸੰਚਿਤ ਕਰਮ ਸੋ ਅੰਤਹਕਰਣ। ਜਿਹੜਾ ਸਾਡਾ ਅੰਤਸ਼ਕਰਣ ਹੈ ਇਹਦੇ ਵਿੱਚ ਸਾਡੇ ਸੰਚਿਤ ਕਰਮ ਨੇ, ਜਮ੍ਹਾਂ ਕੀਤੇ ਹੋਏ ਕਰਮ ਨੇ। ਗਿਆਨ ਅਗਨ ਤੇ ਕਰੈ ਪ੍ਰਹਰਣ। ਗਿਆਨ ਦੀ ਅੱਗ ਦੇ ਨਾਲ ਅੰਤਸ਼ਕਰਣ ਵੀ ਸੜ ਜਾਂਦਾ, ਉਹਦੇ ਵਿੱਚ ਜਿਹੜੇ ਇਕੱਠੇ ਕੀਤੇ ਹੋਏ ਕਰਮ ਨੇ ਉਹ ਵੀ ਸੜ ਕੇ ਸਵਾਹ ਹੋ ਜਾਂਦੇ ਹਨ। ਬਾਹਰ ਜਨਮਦਾਇਕ ਨਹਿ ਸੋਏ। ਕਰਮ ਮੁੜ ਕੇ ਫਿਰ ਜੰਮ ਨਹੀਂ ਸਕਦੇ, ਉਹ ਮੁੜ ਕੇ ਜਨਮ ਨਹੀਂ ਦਿੰਦੇ, ਯਾਨੀ ਕਿ ਉਹਨਾਂ ਕਰਮਾਂ ਕਰਕੇ ਅੱਗੇ ਪ੍ਰਾਰਬਧ ਬਣਨੀ ਸੀ, ਉਹ ਕਰਮ ਫਿਰ ਪ੍ਰਾਰਬਧ ਬਣੇ ਹੀ ਨਹੀਂ, ਜਦੋਂ ਪਹਿਲਾਂ ਹੀ ਸੜ ਕੇ ਸਵਾਹ ਹੋ ਗਏ। ਜਲੇ ਅਨਾਜ ਅੰਕੁਰ ਨਾ ਹੋਏ। ਸੜੇ ਹੋਏ ਅਨਾਜ ਦੇ ਵਿੱਚੋਂ ਕਦੇ ਵੀ ਪੌਦਾ ਨਹੀਂ ਪੈਦਾ ਹੁੰਦਾ, ਸੜੇ ਹੋਏ ਅਨਾਜ ਨੂੰ ਕਦੇ ਵੀ ਪੈਦਾ ਨਹੀਂ ਕੀਤਾ ਜਾ ਸਕਦਾ, ਯਾਨੀ ਕਿ ਉਗਾਇਆ ਨਹੀਂ ਜਾ ਸਕਦਾ। ਅੰਤਹਕਰਨ ਨਾਸ਼ ਇਸ ਭਾਂਤ। ਕਿਸੇ ਪੁੱਛਿਆ ਕਿ ਅੰਤਸ਼ਕਰਨ ਕਿਵੇਂ ਨਾਸ਼ ਹੁੰਦਾ, ਅੰਤਹਕਰਨ ਵੀ ਨਾਸ਼, ਕਰਮ ਨਾਸ ਗਏ ਤੇ ਕਰਮ ਨਾਸ ਦੇ ਨਾਲ ਅੰਤਹਕਰਨ ਵੀ ਨਾਸ ਹੋ ਗਿਆ, ਕਿਉਂਕਿ ਕੋਠੇ ਦੇ ਸਮੇਤ ਅਨਾਜ ਸੜਿਆ ਨਾ, ਅਨਾਜ ਤਾਂ ਸੜ ਗਿਆ, ਜਿਹੜਾ ਕੋਠਾ ਉਹ ਕਿਵੇਂ ਸੜਿਆ, ਅੰਤਹਕਰਨ ਦਾ ਨਾਸ਼ ਕਿਵੇਂ ਹੋਇਆ, ਫਿਰ ਦੱਸਦੇ ਨੇ। ਚਿੱਤ ਸਤ ਹੋਏ ਜਤ ਸਭ ਸ਼ਾਂਤ। ਜਤ ਨਹੀਂ ਜਾਤ, ਚਿੱਤ ਸਤ ਹੋਏ ਜਾਤ ਸਭ ਸ਼ਾਂਤ। ਕਹਿੰਦੇ ਉਸਦਾ ਜਿਹੜਾ ਚਿੱਤ ਹੈ ਉਹ ਸਤ ਨਾਲ ਜੁੜ ਕੇ ਸਤ ਸਰੂਪ ਹੋ ਜਾਂਦਾ, ਜੋਤ ਸਰੂਪ ਹੋ ਜਾਂਦਾ, ਇਹਦਾ ਅੰਤਸ਼ਕਰਨ ਵੀ ਖਤਮ ਹੋ ਗਿਆ। ਜਦੋਂ ਮਨ ਉਲਟ ਕੇ ਪਰਮਾਤਮਾ ਵਿੱਚ ਜਾ ਕੇ ਵਲੀਨ ਹੋ ਗਿਆ, ਉਹ ਸਤ ਰੂਪ ਵਿੱਚ ਜਾ ਕੇ ਮਿਲ ਗਿਆ, ਤੋ ਫਿਰ ਅੰਤਸ਼ਕਰਨ ਵੀ ਇਸ ਤਰ੍ਹਾਂ ਨਸ਼ਟ ਹੋ ਜਾਂਦਾ। ਚਿੱਤ ਸਤ ਕੋ ਅਬ ਅਰਥ ਬਖਾਨੋ। ਸਤ ਚਿੱਤ ਦਾ ਜਿਹੜਾ ਅਰਥ ਹੈ ਉਹ ਦੱਸਦੇ ਹਾਂ। ਅੰਤਹਕਰਨ ਰੂਪ ਅਸ ਜਾਣੋ। ਕਹਿੰਦੇ ਅੰਤਹਕਰਨ ਦਾ ਰੂਪ ਇਸ ਤਰ੍ਹਾਂ ਜਾਣ ਲਓ, ਜਿਸ ਤੇ ਦਰਸ ਅਸੰਮਕ ਪਿਖੈ। ਕਹਿੰਦੇ ਜਿਸ ਤੋਂ ਅਸੰਮਕ ਦਿਸਦਾ, ਅਸੰਮਕ ਦਾ ਮਤਲਬ ਹੁੰਦਾ ਵੀ ਜੋ ਵਾਸਤਵਿਕ ਸਵਰੂਪ ਹੈ ਉਸ ਨੂੰ ਵੇਖਣ ਦੀ ਬਜਾਏ ਉਹਦੇ ਤੋਂ ਉਲਟ ਪੁਲਟ ਹੋਰ ਵੇਖਣਾ, ਉਹਨੂੰ ਅਸੰਮਕ ਕਹਿੰਦੇ ਆ। ਜੋ ਅਸਲ ਸਵਰੂਪ ਹੈ ਉਹ ਨਹੀਂ ਦਿਸਣਾ, ਉਹਦੇ ਤੋਂ ਉਲਟ ਹੋਰ ਹੀ ਕੁਝ ਦਿਸੀ ਜਾਣਾ, ਜਿਵੇਂ ਰੱਸੀ 'ਚ ਸੱਪ ਵੇਖ ਲਿਆ, ਜਿਵੇਂ ਕਿਸੇ ਨੇ ਰੱਸੀ 'ਚ ਸੱਪ ਵੇਖ ਲਿਆ, ਜਿਵੇਂ ਠੂਠ ਪਿਆ ਹੋਇਆ ਉਹਦੇ ਵਿੱਚ ਕਿਸੇ ਨੇ ਵੇਖ ਲਿਆ ਵੀ ਇਹ ਕੋਈ ਮਨੁੱਖ ਬੈਠਾ ਹੈ, ਕੋਈ ਚੋਰ ਬੈਠਾ, ਰਾਤ ਦੇ ਸਮੇਂ ਅੱਧਾ ਜਾਂ ਦਰਖਤ ਪਿਆ ਹੋਇਆ ਉੱਤੋਂ ਟੁੱਟਿਆ ਹੋਇਆ, ਕਿਸੇ ਆਖਿਆ ਉਹ ਬੰਦਾ ਬੈਠਾ ਲੱਗਦਾ, ਦੂਜਾ ਕਹਿੰਦਾ ਨਹੀਂ ਤਾਂ ਮੈਨੂੰ ਤਾਂ ਕੋਈ ਮਿੱਟੀ ਦਾ ਢੇਰ ਲੱਗਦਾ, ਹੁਣ ਅਸਲ ਤਾਂ ਵੇਖਿਆ ਨਹੀਂ, ਉਹਦੇ ਤੋਂ ਉਲਟ ਪੁਲਟ ਹੋਰ ਹੀ ਕੁਝ ਵੇਖਣਾ, ਉਹਨੂੰ ਅਸੰਮਕ ਕਹਿੰਦੇ ਹਨ। ਆਤਮ ਬੁੱਧ ਅਨਾਤਮ ਬਿਖੈ। ਹੁਣ ਕੀ ਕੀਤਾ ਸਾਡੇ ਮਨ ਨੇ, ਜੋ ਅਨਾਤਮ ਹੈ ਉਸ ਵਿੱਚ ਆਤਮ ਸਵਰੂਪ ਕਰਕੇ ਉਹਨੂੰ ਆਤਮ ਬੁੱਧੀ ਕਰਕੇ ਵੇਖ ਲਿਆ ਵੀ ਇਹ ਸੱਚ ਹੈ, ਜੋ ਅਨਾਤਮ ਹੈ ਉਹਨੂੰ ਆਤਮ ਕਰਕੇ ਜਾਣ ਲਿਆ। ਹਾਂਜੀ,
जगत असत बिखै सत बुद्ध। जेड़ा जगत असत है एदे विच सत बुद्धि पास लिया भी यह सत है। जगत सानू सच ही प्रतीत हुंदा, झूठ तां नहीं प्रतीत हुंदा। है ये झूठ है ये असत, असत नू सत करके वेख रहे हां। आत्म सत असत की सुध। कहते जो आत्मा सत है ओनू असत करके समझी बैठा है, जेड़ा ये शरीर असत है इहनू सत करके समझी बैठा है। इहनू कहिंदे ने असम्मक, ये अंतःकरण दी असम्मक बिरती है। नाम इसी को मन पहचान। यथार्थ वेखना इहनू कहिंदे, इसे नू अंतःकरण किया जांदा है। हां दुबारा पढ़ो जी। नाम इसी को मन पहचान, इसे नू मन कहिंदे है। जो आत्म नू अनात्म ते अनात्म नू आत्म करके वेखे, सत नू असत ते असत नू सत करके वेखे, कहिंदे इसे दा नाम मन है, इसे नू अंतःकरण कहिंदे हन। जब है प्राप्त आत्म ज्ञान। कहिंदे जदों इस मन ने उल्ट के परमात्मा विच विलीन होना, इहनू आत्म ज्ञान दी प्राप्ति हो जानी। इह पछाण लेगा कि मन तू जोत स्वरूप है, इह जाण लेगा। जदों इह आत्म ज्ञान नू प्राप्त हो जावेगा तब इस विद को भाव बिनासे। फिर ये जेड़ा भाव है बिनस जांदा, फिर इहनू पूरा साफ दिस जांदा भी आ सच है ते आ झूठ है। जिवें रस्सी हनेरे च पई सप दिसदी है, जदों चानणा हो जाए पता लग जांदा भी रस्सी है सप नहीं है। जदों मन विच आत्म ज्ञान उजागर हो गया, ये मन जोत रूप हो के आत्म ज्ञान नू प्राप्त हो गया, फिर ये सत ते असत दोनों का निर्णय कर लेंदा भी आ सच है ते आ झूठ है। ज्यों का त्यों सो पदार्थ पासे। ज्यों का त्यों जैसा है उन्हू वैसा ही नजर आने लग पाया। नहीं तो असमक बिरती की सी मन की अंतस्करण की, असमक बिरती ये सी भी जो है उदे तो होर अस्त व्यस्त नजर आना, जो है नहीं वह भी दिसी जाना। पर जदों आत्म ज्ञान हो जाता है उस वक्त जो है बस उही दिसदा है, जो है वह दिसदा, जो नहीं है वह नहीं है। इदां सत ते असत दी विचार जिहड़ी है वह अंदर आ जाती है। जब चित सत इस बिद को भयो। जब मन उल्ट सनातन हुआ, उल्ट के अपने निज रूप विच आत्म स्वरूप विच आ जाता है। तब संचत जुत मन जल गयो। संचत कर्मा दे सह ते मन रूपी अंतस्करण भी सड़ के सुभा हो गया। कोठे दे समेत अनाज भी सड़ गया, कोठा भी सड़िया अनाज भी सड़ गया। कहिंदे जिन्ने संचत कर्म सन उन्हां दे सहत ये मन सड़ के सुभा हो गया। जदों आत्म ज्ञान हो गया, जदों इहनू यथार्थ ज्यों का त्यों सब कुछ नजर आउण लग पिया। जिम मंदर जुत जलियो अनाज। जिवें मकान दे समेत कोठे दे समेत अनाज सड़ जांदा है। पुन अंकुर नहीं उपराज। ओ सड़िया होया अनाज मुड़ के अंकुरित नहीं हुंदा। इसे तरह आत्म ज्ञानी ब्रह्म ज्ञानी दा मन ओदे संचित कर्मां दे सहत नष्ट हो जांदा है, और वो जितने भी वह कर्म ने दोबारा अंकुरित नहीं होंगे, वो दोबारा फलीभूत नहीं होंगे, वो सारे संचित कर्म दग्ध हो जाते हैं। किरे मान जो करन कराही। किसी ने सवाल किया कि जे कर्म मिटदे नहीं हन तो फिर गुरु धारण करन दा की लाभ है। आख्या प्रारबध नहीं मिटदे, पर गुरु की शरण जाया संचित किरियामान कर्म जरूर मिटदे ने। पर जेड़े गुरु शरण च नहीं आउंदे उन्हां दे किरियामान भी अगे संचित बनी जांदे ने, संचित फिर प्रारब्ध बनी जांदे ने। उन्हां नूं फिर भोग भोगने पैंदे, जमदे मरदे रहिंदे आ, दुखी सुखी हुंदे रहिंदे आ। पर गुरु शरण विच आ के जन्म मरण निविरत हुंदा है, ते जन्म मरण निविरत हुंदा जदों कर्म नष्ट हो जाण। ज्ञान है कारण कर्म अभ्यास, ज्ञान भया तो कर्म है नास। किड्डा सोहणा बचन, फल कारण फूली बनराए। फल वास्ते कहिंदे लगन लई पहला फुल खिड़े ने, जदों फुल फल बन गया ते फल फुल कित्थे गया, उह तां चला गया सिमट गया। इसे तरह ज्ञान है कारण कर्म अभ्यास, असी जिहड़े नित कर्म भी करदे आ ज्ञान लई करदे आ, गुरु शरण विच आ के जिहड़े असी नित कर्म कर नित नेम करना बाणी पढ़, इह ज्ञान वास्ते। जदों ज्ञान हो गया फिर वो सारे संचित किरियामान कर्म जिन्ने भी ने सारे विलय हो जाते।
ਉਹ ਫਲੀਭੂਤ ਨਹੀਂ ਹੁੰਦੇ। ਹਾਂਜੀ ਹੁਣ ਕਿਰਿਆਮਾਨ ਕਰਮ ਦੱਸਦੇ ਨੇ। ਗਿਆਨੀ ਕੇ ਉਪਜਤ ਸੋ ਨਾਹੀ, ਜਿਹੜੇ ਕਿਰਿਆਮਾਨ ਕਰਮ ਨੇ ਉਹ ਗਿਆਨੀ ਦੇ ਉਪਜਦੇ ਹੀ ਨਹੀਂ, ਪੈਦਾ ਹੀ ਨਹੀਂ ਹੁੰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਚਤ ਤਾਂ ਖਤਮ ਹੋ ਗਏ, ਕਿਰਿਆਮਾਨ ਜਿਹੜੇ ਹੁਣ ਆ ਸਰੀਰ ਵਿੱਚ ਆ ਕੇ ਕਰ ਰਹੇ ਅੱਗੇ ਨਾਲ ਨਾਲ, ਜਿਹੜਾ ਚਿਲੇ ਤੇ ਚਾੜਿਆ ਹੋਇਆ ਤੀਰ ਹਾਲੇ ਚੱਲਿਆ ਨਹੀਂ ਆ ਪਰ ਚਾੜਿਆ ਹੋਇਆ, ਉਹ ਕਿਰਿਆਮਾਨ ਕਰਮ ਜਿਹੜੇ ਇਸ ਕਾਇਆ ਵਿੱਚ ਰਹਿ ਕੇ ਹੁਣ ਅਸੀਂ ਕਰ ਰਹੇ ਹਾਂ ਵਰਤਮਾਨ ਦੇ ਸਮੇਂ 'ਚ, ਆਹ ਕਾਇਆ ਦੇ ਦੌਰਾਨ ਜਿਹੜੇ ਕਰਦੇ ਹਾਂ। ਗਿਆਨੀ ਨੂੰ ਇਹ ਉਪਜਦੇ ਹੀ ਨਹੀਂ, ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹ ਇਸ ਸਰੀਰ ਵਿੱਚ ਰਹਿ ਕੇ ਜਿਹੜੇ ਕਰਮ ਕਰਦਾ ਸੰਗ ਹੋ ਕੇ ਕਰਦਾ, ਉਹ ਕਰਮ ਕਰਦਾ ਹੋਇਆ ਵੀ ਉਹਨਾਂ ਕਰਮਾਂ ਤੋਂ ਨਿਰਲੇਪ ਰਹਿੰਦਾ, ਇਸ ਕਰਕੇ ਉਹ ਕਰਮ ਉਹਦੇ ਉਪਜਦੇ ਹੀ ਨਹੀਂ ਹਨ। ਪ੍ਰਾਰਬਧ ਕਰ ਕਿਰਿਆ ਜੋ ਠਾਨ, ਪ੍ਰਾਰਬਧ ਕਰਕੇ ਉਹਦੇ ਕੋਲੋਂ ਜਿਹੜੀ ਕਿਰਿਆ ਹੁੰਦੀ ਹੈ, ਕਿਉਂਕਿ ਪ੍ਰਾਰਬਧ ਤਾਂ ਭੋਗਣੀ ਹੈ ਨਾ, ਗਿਆਨੀਆਂ ਨੇ ਵੀ ਭੋਗਣੀ ਹੈ, ਉਹ ਤਾਂ ਬ੍ਰਹਮ ਗਿਆਨੀਆਂ ਨੇ ਵੀ ਭੋਗਣੀ ਹੈ। ਪ੍ਰਾਰਬਧ ਦੇ ਸਹਿਤ ਜਿਹੜੀ ਕਿਰਿਆ ਉਹਨਾਂ ਦੇ ਸਰੀਰ ਕੋਲੋਂ ਸੋਤੇ ਸਿੱਧ ਹੁੰਦੀ ਹੈ, ਜੋ ਉਹਨਾਂ ਦਾ ਖਾਣਾ ਪੀਣਾ ਪਹਿਨਣਾ ਬੋਲਣਾ ਵਿਚਰਨਾ ਉਹ ਜੋ ਸੁੱਤੇ ਸਿੱਧ ਪਰਾਲਭ ਦੇ ਮੁਤਾਬਕ ਹੋ ਰਹੀ ਹੈ। ਹੋਤ ਅਨਾਤਮ ਜੁਤ ਅਭਿਮਾਨ, ਉਹ ਅਨਾਤਮ ਜੁਤ ਅਭਿਮਾਨ ਯਾਨੀ ਕਿ ਉਹ ਅਭਿਮਾਨੀ ਬਣ ਕੇ ਨਹੀਂ ਕਰਦੇ, ਉਹ ਇਹ ਸਮਝਦੇ ਨੇ ਵੀ ਇਹ ਸਭ ਕੁਝ ਅਨਾਤਮ ਹੈ, ਕਿਉਂਕਿ ਉਹਨਾਂ ਨੇ ਯਥਾਰਥ ਵੇਖ ਲਿਆ, ਕਿਉਂਕਿ ਮਨ ਨਹੀਂ ਰਿਹਾ ਉਹਨਾਂ ਦਾ, ਉਹਨਾਂ ਨੇ ਵੇਖ ਲਿਆ ਵੀ ਇਹ ਸਭ ਅਨਾਤਮ ਹੈ, ਇਹ ਸਭ ਝੂਠ ਹੈ। ਜਦੋਂ ਸਭ ਕੁਝ ਅਨਾਤਮ ਵੇਖ ਲੈਂਦੇ ਨੇ ਫਿਰ ਉਹ ਅਭਿਮਾਨ ਸਹਿਤ ਨਹੀਂ ਕਰਦੇ ਕੁਝ ਵੀ, ਉਹ ਕੋਈ ਵੀ ਕਰਮ ਕਰਦੇ ਨੇ ਅਭਿਮਾਨੀ ਹੋ ਕੇ ਨਹੀਂ ਕਰਦੇ ਵੀ ਮੈਂ ਕੀਤਾ ਮੈਂ ਕਰ ਰਿਹਾ, ਉਹ ਜੋ ਸੁੱਤੇ ਸਿੱਧ ਹੋ ਰਿਹਾ ਉਹਨਾਂ ਕੋਲੋਂ ਕਰ ਰਹੇ ਨੇ, ਪਰ ਉਹਦੇ 'ਤੇ ਅਭਿਮਾਨ ਨਹੀਂ, ਉਹ ਕਹਿੰਦੇ ਤਾਂ ਅਨਾਤਮ ਹੈ। ਅਨਾਤਮ ਦੇ ਉੱਤੇ ਅਭਿਮਾਨ ਕੀ ਕਰਨਾ ਹੋਇਆ, ਜੋ ਹੈ ਹੀ ਨਹੀਂ ਉਹਦੇ 'ਤੇ ਕੀ ਮਾਣ ਕਰਨਾ ਹੋਇਆ, ਬਾਂਝ ਦਾ ਪੁੱਤਰ ਹੈ ਹੀ ਨਹੀਂ ਉਹ ਕਾਹਦਾ ਮਾਣ ਕਰੇਗੀ, ਬਾਂਝ ਔਰਤ ਹੋਵੇ ਸੰਤਾਨ ਹੈ ਹੀ ਨਹੀਂ ਉਹਦੀ ਤੇ ਫਿਰ ਉਹ ਕਿਹੜੀ ਸੰਤਾਨ ਦਾ ਮਾਣ ਗਰੂਰ ਕਰੇਗੀ। ਬੰਸ਼ ਕੋ ਪੂਤ ਵਿਆਹਨ ਚੱਲਿਆ, ਕਿਸੇ ਨੇ ਕਹਿ ਦਿੱਤਾ ਵੀ ਬਾਂਝ ਦਾ ਪੁੱਤਰ ਵਿਆਹਣ ਚੱਲਿਆ, ਸਹੇ ਦੇ ਸਿੰਘਾਂ ਦਾ ਤਨਖ ਹੈ ਉਹਦੇ ਕੋਲ, ਆਕਾਸ਼ ਵਿੱਚ ਜਿਹੜਾ ਬਗੀਚਾ ਖਿੜਿਆ ਹੁੰਦਾ ਉਹਦੇ ਫੁੱਲਾਂ ਦੀ ਮਾਲਾ ਪਾਈ ਹੋਈ ਹੈ ਉਹਨੇ ਗਲ 'ਚ, ਨਾ ਆਕਾਸ਼ 'ਚ ਫੁੱਲ ਹੁੰਦੇ ਨੇ ਨਾ ਬਾਂਝ ਦਾ ਪੁੱਤਰ ਹੁੰਦਾ ਨਾ ਸਹੇ ਦੇ ਸਿੰਘ ਹੁੰਦੇ ਨੇ, ਸਭ ਕੁਝ ਅਨਾਤਮ ਹੀ ਹੈ। ਹੁਣ ਜੋ ਹੈ ਹੀ ਨਹੀਂ ਉਹਦੇ ਵਿੱਚ ਅਹੰਗ ਬੁੱਧੀ ਕੀ ਰੱਖਣੀ ਹੋਈ, ਜਿਹੜਾ ਬ੍ਰਹਮ ਗਿਆਨੀ ਹੈ ਉਹ ਕੋਈ ਵੀ ਕਰਮ ਉਹ ਨਿਤਨੇਮ ਵੀ ਕਰਦਾ ਤੇ ਉਹਦੇ ਤੇ ਮੈਂ ਨਹੀਂ ਹੁੰਦੀ ਉਹਦੀ ਵੀ ਮੈਂ ਕਰ ਰਿਹਾ, ਉਹ ਅਨਾਤਮ ਹੋ ਕੇ ਕਰ ਰਿਹਾ। ਉਹ ਜੇ ਰੋਟੀ ਵੀ ਖਾ ਰਿਹਾ ਤਾਂ ਅਨਾਤਮ ਹੋ ਕੇ, ਭਾਈ ਸਾਹਿਬ ਭਾਈ ਰਾਮ ਕੁਇਰ ਸਾਹਿਬ ਜਦੋਂ ਭੋਜਨ ਵੀ ਛਕਦੇ ਹੈ ਤੇ ਨੌਕਰ ਨੂੰ ਪੁੱਛਦੇ ਆਪਣੇ ਨੂੰ ਰੱਜ ਗਏ ਹੋਵਾਂਗੇ, ਹੁਣ ਵੇਖ ਕੇ ਦੱਸ ਉੱਥੇ ਕਿੱਥੇ ਉਹ ਭੋਜਨ ਦੇ ਵਿੱਚ ਭੋਜਨ ਖਾਂਦਿਆਂ ਹੋਇਆਂ ਵੀ, ਕਿਉਂਕਿ ਸਰੀਰ ਨੇ ਤਾਂ ਭੋਜਨ ਨਾਲ ਹੀ ਚੱਲਣਾ ਨਾ, ਸਾਡੇ ਤ੍ਰੈਵਣ ਦਿਓਰੀ ਉਹ ਤਾਂ ਖਾਣਾ ਪਵੇਗਾ, ਪ੍ਰਾਲਭ ਅਤੇ ਬ੍ਰਹਮ ਗਿਆਨੀ ਭਾਈ ਰਾਮ ਕੁਰ ਨੂੰ ਵੀ ਭੋਗਣੀ ਪੈਣੀ, ਪਰ ਉਹ ਭੋਜਨ ਛਕਦਿਆਂ ਹੋਇਆਂ ਵੀ ਉਹਨਾਂ ਨੂੰ ਨਹੀਂ ਪਤਾ ਵੀ ਮੈਂ ਭੋਜਨ ਖਾ ਰਿਹਾ, ਕਿਉਂਕਿ ਭੋਜਨ ਛਕਣ ਦੀ ਪ੍ਰਕਿਰਿਆ ਵੀ ਅਨਾਤਮ ਹੈ, ਉਹਦੇ ਵਿੱਚ ਵੀ ਉਹਨਾਂ ਦੀ ਅਹੰਗ ਬਿਰਤੀ ਨਹੀਂ ਆ। ਨੌਕਰ ਨੂੰ ਪੁੱਛਦੇ ਆ ਤੇ ਨੌਕਰ ਵੀ ਅੱਗੋਂ ਕਿੰਨਾ ਸ਼ਰਧਾ ਵਾਲਾ ਸੀ, ਰੋਟੀਆਂ ਨਹੀਂ ਸੀ ਗਿਣਦਾ, ਉਹ ਵੀ ਪੇਟ 'ਤੇ ਇੱਦਾਂ ਹੱਥ ਲਾ ਕੇ ਵੇਖਦਾ ਮਾਪ ਕੇ, ਕਹਿੰਦਾ ਹਾਂਜੀ ਹੁਣ ਰੱਜ ਗਏ, ਕਹਿੰਦੇ ਚੰਗਾ ਫਿਰ ਹੱਥ ਧੁਆ ਦੇ। ਅਨਾਤਮ ਵੀ ਜੋ ਅਸੀਂ ਤਾਂ ਕਹਿੰਦੇ ਕੋਈ ਚੰਗਾ ਕੰਮ ਕਰੀਏ ਨਾ ਸਾਡੀ ਉੱਤੇ ਮੈਂ ਬਿਰਤੀ ਲੱਗ ਜਾਂਦੀ ਹੈ, ਮੈਂ ਆਹ ਕੀਤਾ ਮੈਂ ਫਲਾਣੇ ਪਿੰਡ ਗਿਆ ਪਿੰਡ ਦਾ ਨਾਸ ਵੱਜਾ ਪਿਆ ਸੀ, ਮੈਂ ਉਸ ਪਿੰਡ ਦੇ ਵਿੱਚ ਜਾ ਕੇ ਪਿੰਡ ਦੀ ਨੁਹਾਰ ਬਦਲ ਦਿੱਤੀ, ਮੇਰੇ ਤੋਂ ਪਹਿਲਾਂ ਜਿਹੜਾ ਇੱਥੋਂ ਦਾ ਪੰਚ ਸਰਪੰਚ ਸੀ ਜਾਂ MC ਸੀ ਉਹਨੇ ਤੇ ਨਾਸ ਮਾਰਿਆ ਪਿਆ ਸੀ ਵਾਰਡ ਦਾ, ਜਦੋਂ ਦਾ ਮੈਂ ਆਇਆ ਮੈਂ ਵਾਰਡ ਦਾ ਮੂੰਹ ਬਦਲ ਕੇ ਰੱਖ ਦਿੱਤਾ, ਵਾਕਈ ਬਦਲ ਕੇ ਰੱਖ ਦਿੱਤਾ, ਜੋ ਸੀ ਉਹ ਰਹਿਣ ਦਿੱਤਾ ਹੀ ਨਹੀਂ, ਮੈਂ ਹਰ ਕਰਮ ਦੇ ਉੱਤੇ ਮੈਂ ਕੀਤਾ, ਤੇ ਜਦੋਂ ਹਰ ਕਰਮ ਦੇ ਉੱਤੇ ਮੈਂ ਕਰਕੇ ਉਹ ਕਰਮ ਕਰਾਂਗੇ ਉਹੀ ਕਰਮ, ਅੱਗੇ ਜਾ ਕੇ ਉਦਾਹਰਣ ਆਉਣੀ ਆ ਗੱਲ ਸਪਸ਼ਟ ਹੋ ਜਾਏਗੀ, ਜਦੋਂ ਮੈਂ ਰੱਖ ਕੇ ਕੋਈ ਕਰਮ ਕਰਦੇ ਹਾਂ ਫਿਰ ਉਹ ਕਰਮ ਸੰਚਿਤ ਬਣ ਜਾਂਦਾ, ਉਹ ਜਮ੍ਹਾਂ ਹੋਈ ਜਾਂਦਾ, ਚੱਲ ਜਮ੍ਹਾਂ ਹੋ ਗਿਆ, ਜਦੋਂ ਉਹਨੇ ਸੰਚਿਤ ਹੋਣਾ ਤੇ ਫਿਰ ਉਹ ਸੰਚਿਤ ਨੇ ਵੀ ਪਰਾਲਬਧ ਬਣ ਜਾਣਾ। ਹੁਣ ਜਦੋਂ ਕਿਉਂਕਿ ਕਿਰਿਆਮਾਨ ਹੀ ਸੰਚਿਤ ਬਣਦੇ ਨੇ, ਸੰਚਿਤ ਹੀ ਪਰਾਲਬਧ ਬਣਦੀ ਹੈ, ਜਿਵੇਂ ਮਹਾਰਾਜ ਭਾਈ ਦਇਆ ਸਿੰਘ ਦੱਸਿਆ ਸੀ ਨਾ ਕੱਲ ਵੀ ਜਿਹੜਾ ਭਵੇਖਾ ਕੱਲ ਆਉਣੀ ਹੈ ਉਹ ਕੱਲ ਭਵਿੱਖ, ਅੱਜ ਆ ਗਈ ਉਹ ਵਰਤਮਾਨ ਬਣ ਗਿਆ, ਜਦੋਂ ਇਹ ਨਿਕਲ ਗਿਆ ਭੂਤਕਾਲ ਹੋ ਗਿਆ, ਉਹ ਇੱਕੋ ਸਮਾਂ ਸੀ ਜਿਹੜਾ ਵਰਤਮਾਨ ਬਣਿਆ ਫਿਰ ਉਹ ਭੂਤਕਾਲ ਵੀ ਬਣ ਗਿਆ,
ਇਸੇ ਤਰ੍ਹਾਂ ਕਿਰਿਆਮਾਨ ਕਰਮ ਹੀ ਸੰਚਿਤ ਬਣਦੇ ਨੇ, ਸੰਚਿਤ ਹੀ ਪ੍ਰਾਲਬਧ ਬਣਦੇ ਨੇ। ਹਾਂਜੀ, ਵਹੀ ਕਿਰਿਆ ਹੋਵੇ ਕਿਰਿਆਮਾਨ, ਉਹਨਾਂ ਪਾਸੋਂ ਜੋ ਕਿਰਿਆ ਹੋ ਰਹੀ ਹੈ ਉਹ ਸੁੱਤੇ ਸਿੱਧ ਹੋ ਰਹੀ ਹੈ। ਗੁਰਮੁਖ ਲੇਪ ਨਾ ਮਾਸਾ ਇਹ, ਉਹ ਮਨੰਚਕ ਭਰ ਵੀ ਉਹਦੇ ਵਿੱਚ ਆਪਣਾ ਲੇਪ ਨਹੀਂ ਰੱਖਦੇ। ਜਾਤ ਪ੍ਰਣਮਤ ਅਪਰ ਵਿਧਾਨ, ਕਹਿੰਦੇ ਉਹ ਉਹਦੇ ਤੇ ਆਪਣਾ ਅਹੰਗ ਭਾਵ ਨਹੀਂ ਰੱਖਦੇ, ਉਹ ਕਿਰਿਆਮਾਨ ਰੂਪ ਜਿਹੜੇ ਨੇ ਉਹ ਬਦਲਦੇ ਜਾਂਦੇ ਹਨ। ਸੋਈ ਕਿਰਿਆਹੀਨ ਅਭਿਮਾਨ, ਕਿਰਿਆਹੀਨ ਜਿਹੜੇ ਜਿੰਨੇ ਵੀ ਉਹ ਕਰਮ ਨੇ ਉਹ ਅਭਿਮਾਨ ਤੋਂ ਰਹਿਤ ਹੋ ਕੇ ਜਦੋਂ ਕਰਦੇ ਨੇ ਫਿਰ ਉਹ ਕਿਰਿਆਮਾਨ ਕਰਮ ਜਿਹੜੇ ਕਿਰਿਆਮਾਨ ਹੀ ਰਹਿੰਦੇ ਨੇ ਉਹ ਸੰਚਿਤ ਨਹੀਂ ਹੁੰਦੇ। ਉਪਜੈ ਨਹੀਂ ਕਦਾਚਿਤ ਜਾਨ, ਉਹਦੇ ਅੰਦਰ ਇਹ ਉਪਜਦੇ ਹੀ ਨਹੀਂ। ਤਨ ਅਭਿਮਾਨ ਜਾਂ ਕੋਈ ਕਰਮ ਕਰਦਿਆਂ ਉਹਦੇ ਤੇ ਅਭਿਮਾਨ ਉਹਨਾਂ ਬ੍ਰਹਮ ਗਿਆਨੀਆਂ ਦੇ ਹਿਰਦਿਆਂ ਚ ਨਹੀਂ ਉਪਜਦਾ। ਪ੍ਰਾਰਬਧ ਤੇ ਹੋਏ ਕਿਰਿਆਮਾਨ, ਪ੍ਰਾਰਬਧ ਦੇ ਸਹਿਤ ਜਿਹੜੀ ਕਿਰਿਆਮਾਨ ਹੋਣੀ ਹੈ, ਕਿਉਂਕਿ ਪ੍ਰਾਰਬਧ ਤਾਂ ਬਣ ਗਈ ਹੈ, ਸਰੀਰ ਬਣ ਗਿਆ, ਹੁਣ ਇਹਦੇ ਚ ਜਿੰਨਾ ਚਿਰ ਰਹਿਣਾ ਕਰਮ ਤਾਂ ਕਰਨੇ ਹੀ ਪੈਣੇ ਆ। ਨਹਾਉਣਾ ਧੋਣਾ ਹੱਸਣਾ ਖੇਡਣਾ ਖਾਣਾ ਪੀਣਾ ਇਹ ਤਾਂ ਸੁੱਤੇ ਸਿੱਧ ਹੋਣਾ ਹੀ ਹੈ ਨਾ। ਇਹ ਪਰਾਲਬਧ ਦੇ ਸਹਿਤ ਜਿੰਨੇ ਵੀ ਕਰਮ ਹੁੰਦੇ ਨੇ ਕਿਰਿਆਮਾਨ। ਭੋਜਨ ਰੂਪ ਕਿਰਿਆ ਜਿਮਠਾਨ, ਕਹਿੰਦੇ ਇਸ ਤਰ੍ਹਾਂ ਜਾਣ ਲਓ ਕਿ ਜਿਵੇਂ ਭੋਜਨ ਛਕਣਾ, ਭੋਜਨ ਛਕਣਾ ਕਹਿੰਦੇ ਕਿਰਿਆਮਾਨ ਕਰਮ ਦੇ ਸਮਾਨ ਹੈ। ਪ੍ਰਾਰਬਧ ਕੋ ਰੂਪ ਹੈ ਸੋਏ, ਇਹ ਪ੍ਰਾਰਬਧ ਦਾ ਹੀ ਰੂਪ ਹੈ। ਭੋਜਨ ਕਰੇ ਪੁਸ਼ਸਤਾ ਹੋਏ, ਹੁਣ ਜਿਹੜਾ ਭੋਜਨ ਛਕੇਗਾ ਜੇ ਸਰੀਰ ਅਰੋਗ ਹੋਵੇਗਾ ਉਹਦੇ ਸਰੀਰ ਨੂੰ ਹੋਰ ਬਲ ਦਿੰਦਾ ਉਹ ਭੋਜਨ ਛਕਿਆ ਹੋਇਆ। ਸਰੀਰ ਅਰੋਗ ਹੋਵੇ, ਰੋਗ ਤੋਂ ਰਹਿਤ ਹੋਵੇ, ਛਕਿਆ ਹੋਇਆ ਭੋਜਨ ਉਹਦੇ ਸਰੀਰ ਨੂੰ ਬਲ ਦਿੰਦਾ। ਸੋ ਕਿਰਿਆਮਾਨ ਰੂਪ ਪਹਿਚਾਨ, ਕਿਰਿਆਮਾਨ ਕਰਮ ਜਦੋਂ ਤੁਸੀਂ ਕੋਈ ਕਰਮ ਅਭਿਮਾਨੀ ਹੋ ਕੇ ਕਰਦੇ ਹੋ ਵੀ ਮੈਂ ਕਰ ਰਿਹਾ, ਮੇਰੇ ਤੋਂ ਹੋ ਰਿਹਾ, ਮੇਰੇ ਬਿਨਾਂ ਨਹੀਂ ਕੋਈ ਕਰ ਸਕਦਾ, ਉਹ ਕਰਮ ਨੇ ਫਿਰ ਭੋਜਨ ਬਣ ਕੇ ਤੁਹਾਡੇ ਸਰੀਰ ਨੂੰ ਹੋਰ ਪੁਸ਼ਟ ਕਰਨਾ। ਯਾਨੀ ਕਿ ਸਰੀਰ ਅਰੋਗ ਹੈ, ਉਹ ਕਿਰਿਆਮਾਨ ਨੇ ਤੁਹਾਨੂੰ ਹੋਰ ਸੰਚਿਤ ਵਿੱਚ ਤਬਦੀਲ ਹੋਣਾ। ਅੱਗੇ ਉਦਾਹਰਣ ਦੇ ਕੇ ਸਪਸ਼ਟ ਕਰਨਗੇ। ਹਾਂਜੀ, ਦੇਹੇ ਸਰੁਜ ਸੋ ਪੁਸ਼ਟ ਨਾ ਜਾਨ, ਪਰ ਜਿਹਦਾ ਸਰੀਰ ਰੋਗੀ ਹੋਵੇ, ਬਿਮਾਰ ਹੋਵੇ, ਉਹਨੂੰ ਜਿੰਨਾ ਮਰਜ਼ੀ ਭੋਜਨ ਛਕਾਈ ਜੋ ਉਹਦਾ ਸਰੀਰ ਰਿਸ਼ਤ ਪੁਸ਼ਟ ਨਹੀਂ ਹੁੰਦਾ। ਅਰੋਗ ਬੰਦਾ ਰੋਟੀ ਉਹ ਸੁੱਕੀਆਂ ਰੋਟੀਆਂ ਵੀ ਖਾਵੇ ਉਹਨੂੰ ਲੱਗੀ ਜਾਂਦੀਆਂ, ਰੋਗੀ ਬੰਦਾ ਵਧੀਆ ਵਧੀਆ ਭੋਜਨ ਵੀ ਖਾ ਲਵੇ ਉਹਦਾ ਸਰੀਰ ਉੱਦਾਂ ਹੀ ਕਮਜ਼ੋਰ ਜਿਹਾ ਰਹੇਗਾ, ਉਹ ਬਲੀ ਨਹੀਂ ਹੁੰਦਾ ਕਿਉਂਕਿ ਰੋਗ ਹੈ ਉਹਦੇ ਅੰਦਰ। ਜਿਹੜਾ ਬ੍ਰਹਮ ਗਿਆਨੀ ਹੈ ਨਾ, ਇੱਦਾਂ ਸਮਝ ਲਓ ਵੀ ਉਹ ਰੋਗੀ ਸਰੀਰ ਦੇ ਸਮਾਨ ਹੋ ਗਏ। ਉਹ ਕਿਰਿਆਮਾਨ ਜਿਹੜੇ ਕਰਮ ਨੇ ਉਹ ਭੋਜਨ ਨੇ, ਉਹਨੇ ਖਾਈ ਜਾਣੇ ਨੇ ਪਰ ਉਹਨੂੰ ਲੱਗਣੇ ਕੋਈ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਿਰਿਆਮਾਨ ਕਰਮ ਉਹਨੇ ਕਰੀ ਜਾਣੇ ਨੇ ਪਰ ਉਹਨੂੰ ਲੱਗਣੇ ਕੋਈ ਨਹੀਂ। ਸਾਡੇ ਵਰਗੇ ਜਿਹੜੇ ਜੀਵ ਨੇ ਅਸੀਂ ਰਿਸ਼ਟ ਪੁਸ਼ਟ ਹਾਂ, ਅਸੀਂ ਮਨ ਕਰਕੇ ਕਰਮ ਕਰਨੇ ਦੇ ਵੀ ਮੈਂ ਕੀਤਾ ਮੈਂ ਕਰਦਾ, ਸਰੀਰ ਅਰੋਗ ਹੈ ਉਹਨੇ ਹੋਰ ਲੱਗੀ ਜਾਣਾ ਵੀ ਹੋਰ ਜਮ੍ਹਾਂ ਹੋਈ ਜਾਣੇ ਨੇ, ਉਹ ਅੱਗੇ ਹੋਰ ਭੋਗਣੇ ਪੈਣੇ ਆ। ਇਹ ਉਦਾਹਰਣ ਦੇ ਕੇ ਇਹਦਾ ਮਤਲਬ ਇਹ ਨਹੀਂ ਵੀ ਬ੍ਰਹਮ ਗਿਆਨੀ ਰੋਗੀ ਹੁੰਦੇ ਆ, ਔਰ ਇਹ ਉਦਾਹਰਣ ਹੋ ਰਹੀ ਹੈ ਵੀ ਜਿਵੇਂ ਰੋਗੀ ਬੰਦਾ ਰੋਟੀ ਖਾ ਲਏ ਉਹਨੂੰ ਲੱਗਦੀ ਨਹੀਂ, ਤੇ ਜੇ ਕੋਈ ਰਿਸ਼ਟ ਪੁਸ਼ਟ ਬੰਦਾ ਪ੍ਰਸ਼ਾਦਾ ਛਕੇ ਉਹਦਾ ਸਰੀਰ ਹੋਰ ਬਲੀ ਹੋ ਜਾਂਦਾ। ਕਹਿੰਦੇ ਇਸੇ ਤਰ੍ਹਾਂ ਬ੍ਰਹਮ ਗਿਆਨੀ ਅਗਰ ਕੋਈ ਕਰਮ ਕਰਦਾ ਵੀ ਹੈ ਤਾਂ ਉਹਨੂੰ ਲੱਗਦੇ ਨਹੀਂ ਕਿਉਂਕਿ ਉਹ ਅਭਿਮਾਨ ਸਹਿਤ ਨਹੀਂ ਕਰਦਾ, ਪਰ ਜੇ ਕੋਈ ਅਭਿਮਾਨੀ ਹੋ ਕੇ ਕਰਦਾ ਤਨ ਦੇ ਵਿੱਚ ਰਹਿ ਕੇ ਉਹਨੂੰ ਉਹ ਕਰਮ ਜਿਹੜੇ ਨੇ ਫਿਰ ਫਲ ਦਿੰਦੇ ਆ, ਉਹਦੇ ਹੀ ਉਹ ਸੰਚਿਤ ਕਰਮ ਬਣਦੇ ਨੇ ਫਿਰ ਪਰਾਲਬਧ ਬਣਦੇ ਨੇ। ਜੇ ਅਰੋਗ ਸੋ ਪੁਸ਼ਟ ਬਡੇਰੀ, ਜਿਹੜਾ ਅਰੋਗ ਹੁੰਦਾ ਉਹਦੀ ਦੇਹ ਜਿਹੜੀ ਆ ਰਿਸ਼ਟ ਪੁਸ਼ਟ ਹੋ ਜਾਂਦੀ ਹੈ। ਤਿਸੀ ਪ੍ਰਕਾਰ ਜੁਗਤ ਲਿਹੋ ਹੇਰੀ, ਇਸੇ ਪ੍ਰਕਾਰ ਨਾਲ ਇਸ ਜੁਗਤੀ ਨੂੰ ਚੰਗੀ ਤਰ੍ਹਾਂ ਵੇਖ ਲਓ। ਹੋਏ ਕਿਰਿਆ ਜੁਤ ਤਨ ਅਭਿਮਾਨ, ਜਿਹੜਾ ਕਰਮ ਸਰੀਰ ਦੇ ਅਭਿਮਾਨ ਸਹਿਤ ਕੀਤਾ ਜਾਂਦਾ, ਤਨ ਅਭਿਮਾਨੀ ਹੋ ਕੇ ਕੀਤਾ ਜਾਂਦਾ, ਸੋਏ ਕਿਰਿਆ ਹੈ ਉਪਜਨਵਾਨ, ਉਹੀ ਕਿਰਿਆਵਾਨ ਕਰਮ ਦੁਬਾਰਾ ਉੱਗਣ ਦੇ ਯੋਗ ਹੋ ਜਾਂਦੇ ਨੇ। ਉਹ ਕਿਰਿਆਮਾਨ ਕਰਮ ਸੜੇ ਨਹੀਂ, ਉਹ ਦੁਬਾਰਾ ਉੱਗ ਸਕਦੇ ਨੇ, ਉਹ ਸੰਚਿਤ ਬਣ ਜਾਂਦੇ ਨੇ। ਤਨ ਅਭਿਮਾਨ ਨਾ ਗਿਆਨੀ ਧਰੈ, ਪਰ ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹਦੇ ਅੰਦਰ ਸਰੀਰ ਦਾ ਅਭਿਮਾਨ ਹੁੰਦਾ ਹੀ ਨਹੀਂ, ਉਹ ਤਨ ਅਭਿਮਾਨੀ ਨਹੀਂ ਹੁੰਦਾ। ਜਾਂ ਤੇ ਨਹੀਂ ਬੰਧ ਕੋ ਕਰੈ, ਇਸ ਕਰਕੇ ਉਹਦੇ ਉਹ ਕਿਰਿਆਮਾਨ ਕਰਮ ਨੂੰ ਬੰਧਨ ਨਹੀਂ ਪਾਉਂਦੇ, ਸਾਨੂੰ ਬੰਨ ਲੈਂਦੇ ਨੇ ਕਿਉਂਕਿ ਅਸੀਂ ਤਨ ਅਭਿਮਾਨੀ ਹੋ ਕੇ ਕਰਦੇ ਹਾਂ। ਬ੍ਰਹਮ ਗਿਆਨੀ ਤਨ ਅਭਿਮਾਨ ਤੋਂ ਰਹਿਤ ਹੋ ਕੇ ਜੋ ਪਰਾਲਬਧ ਵਸ ਹੁੰਦੇ ਨੇ, ਕਰੀ ਜਾਂਦੇ ਨੇ ਸੁੱਤੇ ਸਿੱਧ, ਉਹ ਕਰਮ ਉਹਨਾਂ ਨੂੰ ਬੰਨਦੇ ਨਹੀਂ ਹਨ, ਉਹ ਕਰਮ ਉਹਨਾਂ ਲਈ ਬੰਧਨ ਨਹੀਂ ਬਣਦੇ।
कर्म माल सबके घर परी। कर्मा दी माला सारिया दे गल च पई हुई है। भाई दया सिंह जी कहिंदे खालसा जी इह कर्मां दी माला सब दे गल विच पई हुई है। तन हंता त्यागे तिन हरी। पर जिहड़े तन हंता नूं त्याग दिंदे ने उहनां ने माला भी तोड़ के सुट दित्ती है। इह कर्मां दी माला सब दे गल विच है पर जिहने गल ही तोड़ दित्ता यानी कि शरीर दा अभिमान ही छड्ड दित्ता उत्थे माला कित्थे रहिणी है। जदों तक शरीर है उदों तक इह माला रहिणी है। पर जदों उन्हें तन का अभिमान ही छड़ दिता तो फिर एक कर्मा की माला ब्रह्म ज्ञानियों के कंठ विच नहीं रही। बिना त्याग ते अनेक कलेश। बिना त्याग तो यह अनेक प्रकार के कलेश पैदा करते ने ही कर्म। जन्म मरण के कष्ट अशेष। कर्मा करके जीव नू जन्म ते मरण दे विशेष कष्ट मिलदे हन। या ते सतगुर ने बहु बार। इसे करके सतगुरु जी ने बहुत बार बचन कहे ने। वर्णन कीनो ग्रंथ मजार। गुरु ग्रंथ साहिब विच बचन कहे ने सुनो भाई। हौ विच आया हौ विच गया। जदों हंगता सहत कर्म करदा तां ही जमदा है। हौ विच आया मरिया भी हौमै करके जमया क्योंकि जेड़े कर्म नाल हौमै जुड़ गई मैं करदा उहने संचित बनना उहने परालब्ध दे के मुड़ के फिर जमा देना भी जम परालब्ध मुक गई मर गया हौमै करके फिर चला गया फिर आ गया। इसे करके महाराज जी ने स्पष्ट किया भी उसे हंगता करके ही आउंदा ते हौमै करके ही मरदा है। हाँ विच जम्मिया हाँ विच मुआ। आना जाना हौमै विच है ते जम्मिया भी हौमै विच ते मरिया भी हौमै करके। इत्यादिक कुछ गिने ना जाहे। इत्यादिक बहुत सारे कर्म ने भाई दया सिंह जी कहंदे गिने नहीं जांदे। कहियो देहे हंता कर नाहे। इस करके स्पष्ट रूप विच जान लो भी शरीर दी हंगता नहीं करनी तन अभिमानी नहीं होना। इस शरीर विच रहिंदिआं जिहड़ा भी कर्म करदे हो इस भाव नाल करना मैं नहीं पिया करदा मेरा स्वामी परालब्ध मुताबक जिवें मेरे कोलों करा रिहा मैं तिवें कर रिहा हाँ। जदों उहदे ते अहंग भाव जोड़ांगे मैं करदा हाँ उस वेले उहनां कर्मां ने बन लैणा। मोटी जी उदाहरण दिआं एक महात्मा अपने चेले नाल इक राजे दे बगीचे च चला गया। चेले नूं आख्या कुछ बणी ना उत्थे जे कोई आके आखे भी निकलो इत्थों ते चुप चाप मेरे नाल टुर पई किते उत्थे कहे नहीं नहीं मैं हाँ। कहिंदा जी ठीक है। संत जी चेले नूं नाल लै के राजे दा खास बगीचा सी इह हुण दो फकीर उत्थे टुरे फिरन सिपाही आए उहनां ने फड़ लिया साध नूं फड़िया साधू जिहड़े सी उह अगो नहीं बोले उह चुप चाप उहनां वेख्या वी इह तां विचारा कोई मस्त दवाना है। जिहड़ा चेला उह कहिंदा जी इह संत ने मैं इहनां दा चेला कहिंदे इहनूं फड़ो संत तां बोलदा नहीं इह बोलदा उहनूं चंगा कुट्टिया। जदों बाहर आए ते महात्मा हस पए कहिंदे तैनूं आख्या सी ना भी कुछ बणी ना जिहड़ा कुछ बणदा ना अभिमान करके उसे नूं बंधन पैंदे आ मार उसे नूं पैंदी है। जिहड़े अभिमान रहित हुंदे आ उहनां नूं मार नहीं पैंदी। इह जदों तन अभिमानी हो के कर्म करदे आ फिर इह कर्म बन लैंदे आ फिर उहदा फल भुगतना पैंदा। पर जदों अभिमान तो रहित हो के कोई कर्म करांगे फिर उह जिहड़े कर्म ने बन नहीं सकदे। ब्रह्म ज्ञानी जिहड़े ने उह तन अभिमान तो रहित हो के कर्म करदे ने इसे करके उह कर्म उहनां नूं बन नहीं सकदे। किड्डे किड्डे वड्डे कारज महात्मा महापुरश कर दिंदे आ पर कदे उह जणाउंदे नहीं हन दुनिया नूं असीं कीता है। किड्डे किड्डे वड्डे कारज महापुरश महात्मा कर रहे ने हुण वर्तमान दे समें च भी करदे आ पहलां भी कर गए ने पर उहनां कदे जणाया नहीं असीं कीता है। अज कल तां जणाया जांदा ना भी असीं करदे आ मैं करदा हाँ। उहनां महापुरशां ने तां अपना आप प्रगट ही नहीं कीता किते एडे एडे वड्डे कारज कर गए समाज विच संसार च रह के। हाँ जी तन हंता मह सब उत्पात। जिहड़ी शरीर दी हंगता इहदे विच ही सारे उत्पात ने उपद्रव हन। दुख प्रापत पुन पुन पछतात। इसे करके दुख मिलदे ने ते इस बंदे नूं मुड़ मुड़ के पछताउणा पैंदा। जन्म असंख इसी ते धरै। कर्मा करके असंख जन्म हुण पत्थे विच पता नहीं किन्ने क तीर पए ने जिन्हां ने परल अजे ते इक्को ही छड्डिया ते आह शरीर मिलिया इक तीर चलाया वो हाले पता नहीं किन्ने क पए ने उत्थे पिछे।
अगों जिहड़े होर अगे किरियावां नाल नाल कर रहे हो जमा करी जाने वाले होर पता नहीं किन्ने कु होने है। इस करके ना कर्मा करके अगे असंख ही जन्म प्राप्त हुंदे ने, गिनती नहीं। अप्रमान संकट ते मरे, अप्रमान जिहड़ा मिणिया ही नहीं जा सकदा, बहुते संकट करके जीव नूं बार बार जमना ते मरना पैंदा। ममता आदि विकार अनेक, ममता आदिक दे जिहड़े विकार ने अनेकां प्रकार दे। तन हंता जनती अविवेक, अविवेकी पुरशां दे हिरदिआं च तन हंता नूं पैदा करदी है। जिस जन पर होवै गुर करुणा, कोई आखे जी गुरु दा की लाभ है, ਤਾਂ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਕਹਿੰਦੇ ਜਿਸ 'ਤੇ ਗੁਰੂ ਦੀ ਕਿਰਪਾ ਹੁੰਦੀ ਹੈ, ਜਿਸ 'ਤੇ ਗੁਰੂ ਦਾ ਤਰਸ ਹੁੰਦਾ, ਜਿਹਦੇ 'ਤੇ ਗੁਰੂ ਸਾਹਿਬ ਰੀਝ ਪੈਂਦੇ, ਪ੍ਰਸੰਨ ਹੋ ਜਾਂਦੇ ਨੇ। ਤਨ ਹੰਤਾ ਕੋ ਕਰਹਿ ਪ੍ਰਹਰਨਾ, ਉਹਦੇ ਸਰੀਰ ਦੀ ਹੰਗਤਾ ਉਹਦੇ ਅੰਦਰੋਂ ਕੱਟ ਦਿੰਦੇ ਨੇ। ਜਦੋਂ ਸਰੀਰ ਦੀ ਹੰਗਤਾ ਕੱਟੀ ਜਾਂਦੀ ਹੈ ਤਾਂ ਫਿਰ ਇਹਦੇ ਸਾਰੇ ਕਰਮ ਵੀ ਨਸ਼ਟ ਭ੍ਰਸ਼ਟ ਹੋ ਜਾਂਦੇ ਹਨ। ਜਿੰਨੇ ਕਿਰਿਆਮਾਨ ਕਰਮ ਅੱਗੇ ਉਹ ਸੰਚਿਤ ਬਣਨੇ ਹੀ ਨਹੀਂ। ਇਹ ਫਾਇਦਾ ਹੈ ਗੁਰੂ ਦੀ ਸ਼ਰਨ ਵਿੱਚ ਆਉਣ ਦਾ। ਗੁਰੂ ਕੀ ਕਿਰਪਾ ਸਦਕਾ ਤਨ ਹੰਤਾ ਮਿਟ ਜਾਂਦੀ ਹੈ। ਸਤਿਗੁਰੂ ਦੱਸ ਦਿੰਦੇ ਹੈ ਤੂੰ ਸਰੀਰ ਨਹੀਂ ਹੈ, ਇਹ ਅਨਾਤਮ ਹੈ, ਤੂੰ ਤਾਂ ਆਤਮ ਸਵਰੂਪ ਸਤ ਹੈ। ਤਤ ਉਪਦੇਸ਼ ਨਾਮ ਲਿਵ ਲਾਵੈ, ਕਹਿੰਦੇ ਗੁਰੂ ਸਾਹਿਬ ਜੀ ਦੇ ਉਪਦੇਸ਼ ਨਾਲ ਫਿਰ ਸਿੱਖ ਦੀ ਤਤਵ ਰੂਪ ਦੇ ਵਿੱਚ ਲਿਵ ਲੱਗਦੀ ਹੈ। ਜਨਮ ਮਰਨ ਦੁੱਖ ਤੇ ਛੁੱਟ ਜਾਵੇ, ਤੇਰੇ ਜਨਮ ਤੇ ਮਰਨ ਦੇ ਦੁੱਖ ਤੋਂ ਛੁੱਟ ਜਾਂਦਾ। ਮੈਂ ਇੱਕ ਹੋਰ ਉਦਾਹਰਨ ਸੁਣਾ ਦਿਆਂ, ਅੱਗੇ ਕਥਾ ਆਉਣੀ ਹੈ। ਵੈਸੇ ਚੌਧਰੀ ਸ਼ਮੀਰ ਨੂੰ ਮਹਾਰਾਜ ਜੀ ਨੇ ਦਰਸ਼ਨ ਦਿੱਤੇ। ਸ਼ਮੀਰ ਨੇ ਬੇਨਤੀ ਕੀਤੀ, ਮਹਾਰਾਜ ਟੁੱਠੋ ਮੇਰੇ 'ਤੇ। ਗੁਰਦੇਵ ਨੇ ਆਖਿਆ ਮੰਗ ਕੀ ਚਾਹੀਦਾ? ਕਹਿੰਦਾ ਜੀ ਮੇਰਾ ਜੰਮਣ ਮਰਨ ਕੱਟ ਦਿਓ। ਕਲਗੀਧਰ ਸਵਾਮੀ ਕਹਿੰਦੇ ਵੀ ਸ਼ਮੀਰ ਉਹ ਤਾਂ ਹਜੇ ਬੜਾ ਲੰਮਾ ਲੇਖਾ ਜੋਖਾ ਹੈ ਤੇਰਾ। ਕਹਿੰਦਾ ਨਹੀਂ ਮਹਾਰਾਜ, ਮੇਰਾ ਜਨਮ ਮਰਨ ਹੀ ਕੱਟੋ ਤੁਸੀਂ। ਪਾਤਸ਼ਾਹ ਕਹਿੰਦੇ ਚੰਗਾ ਫਿਰ ਕੱਲ੍ਹ ਨੂੰ ਆਈ। ਅਗਲੇ ਦਿਨ ਆਉਣਾ ਸੀ, ਰਾਤ ਨੂੰ ਸੁੱਤੇ ਪਏ ਨੇ, ਸੁਪਨਾ ਵੇਖਿਆ ਕਿ ਸ਼ਮੀਰ ਨੇ ਆਪਣਾ ਸਰੀਰ ਤਿਆਗ ਦਿੱਤਾ, ਇਹਦੀ ਮੌਤ ਹੋ ਗਈ। ਅਗਲਾ ਜਨਮ ਕੂਕਰ ਦਾ ਮਿਲਿਆ, ਫਿਰ ਸੂਕਰ ਦਾ ਮਿਲਿਆ, ਫਿਰ ਕਿਸੇ ਕਾਂ ਦਾ, ਕਈ ਜੋਨੀਆਂ ਵਿੱਚ ਭਟਕਦਾ ਭਟਕਦਾ ਇੱਕ ਚੰਡਾਲ ਦੀ ਜੋਨੀ ਪਹੁੰਚਿਆ। ਚੰਡਾਲ ਦੀ ਜੂਨੇ ਜੰਮਿਆ ਤੇ ਭੁੱਖਾ ਮਰਦਾ ਪੀਲੂ ਖਾਧੇ ਦਰ ਮਾਲਵੇ ਦੇ ਇਲਾਕੇ 'ਚ ਹੁੰਦੇ ਸਨ। ਬੜਾ ਡਰਾਕ ਡਰ ਕੇ ਡਰਿਆ ਹੋਇਆ ਸਵੇਰੇ ਉੱਠਿਆ, ਜਦੋਂ ਮੈਦਾਨ ਖੇਡਣ ਗਿਆ ਤੇ ਹੈਰਾਨ ਹੋਇਆ ਵੀ ਜਿਹੜੇ ਪੀਲੂ ਰਾਤ ਸੁਪਨੇ 'ਚ ਖਾਧੇ ਸਨ ਉਹ ਮਲ ਵਿੱਚ ਨਜ਼ਰ ਆਏ। ਹੈਰਾਨ ਹੋਇਆ ਵੀ ਉਹ ਤਾਂ ਸੁਪਨਾ ਸੀ, ਤੇ ਜਾਗਤ ਵਿੱਚ ਤਾਂ ਮੈਂ ਪੀਲੂ ਨਹੀਂ ਖਾਧੇ। ਕਲਗੀਧਰ ਸਵਾਮੀ ਦੀ ਸ਼ਰਨ ਆਇਆ, ਮਹਾਰਾਜ ਆ ਕੀ ਖੇਡ ਆ? ਪਾਤਸ਼ਾਹ ਕਹਿੰਦੇ ਜੇ ਤੂੰ ਮੰਗਿਆ ਸੀ ਤੈਨੂੰ ਦੇ ਦਿੱਤਾ, ਜਨਮ ਮਰਨ ਕਹਿੰਦਾ ਸੀ ਕੱਟ ਦਿਓ, ਇੰਨੇ ਜਨਮ ਤੂੰ ਹਾਲੇ ਭੋਗਣੇ ਸਨ, ਤੇਰੇ ਕਰਮ ਇੰਨੇ ਬਾਕੀ ਸਨ, ਪਰ ਤੂੰ ਗੁਰੂ ਸ਼ਰਨ 'ਚ ਆਇਆ, ਤੇਰੇ ਜਨਮ ਉਹ ਸਾਰੇ ਸੁਪਨੇ 'ਚ ਕੱਟ ਦਿੱਤੇ ਹਨ। ਇੱਦਾਂ ਗੁਰੂ ਜਨਮ ਕੱਟ ਦਿੰਦਾ। ਸੰਚਿਤ ਕਰਮ ਜਿੰਨੇ ਸੀ, ਜਿਨ੍ਹਾਂ ਦਾ ਅੱਗੇ ਫਲ ਮਿਲਣਾ ਸੀ, ਉਹ ਜੂਨੀਆਂ ਮਿਲਣੀਆਂ ਸੀ, ਉਹ ਸਾਰੇ ਸੰਚਿਤ ਕਰਮ ਮਹਾਰਾਜ ਜੀ ਨੇ ਨਾਸ ਕਰ ਦਿੱਤੇ। ਇਹ ਗੁਰੂ ਦੀ ਕਿਰਪਾ ਨਾਲ ਹੁੰਦਾ। ਸਤਿਗੁਰੂ ਜੀ ਜਿਨ੍ਹਾਂ 'ਤੇ ਤਰਸ ਕਰਦੇ ਨੇ ਉਹਨਾਂ ਦਾ ਜਨਮ ਮਰਨ ਕੱਟ ਦਿੰਦੇ ਨੇ, ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦੇ ਹਨ। ਦੋਹਰਾ ਪੁਨ ਸਿੰਘਨ ਪੂਜਨ ਕਰਿਓ ਕਹੋ ਰੂਪ ਅਗਿਆਨ। ਹੁਣ ਵਿਸ਼ਾ ਕੁਝ ਹੋਰ ਸੂਖਸ਼ਮ ਹੋ ਜਾਣਾ। ਇਹ ਕਥਾ ਅੱਗੇ ਥੋੜ੍ਹੀ ਹੋਰ ਸੂਖਸ਼ਮ ਚਲੀ ਜਾਣੀ ਹੈ, ਸੂਖਮ ਤਰੰਗੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਜਿਵੇਂ ਜਿਵੇਂ ਸੂਖਸ਼ਮ ਹੋਵੇ ਸਾਡੀ ਸੁਰਤ ਹੋਰ ਸੂਖਸ਼ਮ ਹੁੰਦੀ ਚਲੀ ਜਾਏ। ਸਿੰਘਾਂ ਨੇ ਬੇਨਤੀ ਕੀਤੀ ਭਾਈ ਦਇਆ ਸਿੰਘ ਜੀ ਕੋਲੋਂ, ਜਦੋਂ ਕਰਮ ਨਿਰਣੇ ਸੁਣ ਲਿਆ, ਹੁਣ ਆਤਮ ਵਿਚਾਰ ਪੁੱਛਦੇ ਹੈ। ਕਹਿਣ ਲੱਗੇ ਭਾਈ ਸਾਹਿਬ ਸਾਨੂੰ ਕਿਰਪਾ ਕਰਕੇ ਅਗਿਆਨ ਦਾ ਰੂਪ ਦੱਸੋ, ਅਗਿਆਨ ਕੀ ਹੈ? ਕਿਉਂਕਿ ਸਾਨੂੰ ਤਾਂ ਇਹ ਵੀ ਨਹੀਂ ਨਾ ਪਤਾ ਵੀ ਅਗਿਆਨ, ਸਾਨੂੰ ਕੋਈ ਪੁੱਛੇ ਅਗਿਆਨ ਕੀ ਹੈ ਅਸੀਂ ਕੀ ਦੱਸਾਂਗੇ? ਸਾਨੂੰ ਤਾਂ ਅਗਿਆਨ ਦਾ ਵੀ ਨਹੀਂ ਪਤਾ ਵੀ ਅਗਿਆਨ ਕਿਸ ਨੂੰ ਕਹਿੰਦੇ ਹੈ। ਭਾਈ ਸਾਹਿਬ ਸਾਨੂੰ ਅਗਿਆਨ ਦਾ ਰੂਪ ਦੱਸੋ, ਅਗਿਆਨ ਦੇ ਸਰੂਪ ਬਾਰੇ ਸਾਨੂੰ ਦਰਸਾਓ। ਮਾਇਆ ਬੋਹਰ ਅਵਿਦਿਆ ਬੰਧਨ ਮੋਖ ਬਖਾਨ। ਪਹਿਲਾ ਸਵਾਲ ਹੈ ਕਿ ਸਾਨੂੰ ਅਗਿਆਨ ਬਾਰੇ ਦੱਸੋ, ਅਗਿਆਨ ਕੀ ਹੈ?
दूसरा माया की है, माया किसनू कहिंदे आ, माया किसनू आखी है, क्या माया कर्म कमाए, माया क्या है। फिर अविद्या की है, तीसरा सवाल है। फिर चौथा बंधन की है, ते फिर पंजवा मुक्ति की है। पांच सवाल हो गए, पहला अज्ञान, दूसरा माया, तीसरी अविद्या, चौथा बंधन, ते पंजवा मुक्ति, ए की हन, एदा सारा स्वरूप सानू दसो। चौपाई जागृत सुपन सुखोपत तीन, जागृत ए की है, छेवां। सतवां सवाल स्वप्न की है, ते अठवां सुखोपति की है। हां जी, एहे अवस्था कहो प्रवीण, तिन्ना दी भी अवस्था दसो, जागृत सुपन सुखोपति बारे भी दसो। मूर्छा रूप समाध कही जाए, मूर्छा किसनू कहिंदे है, मूर्छा जदों हुंदी है, बेहोशी विच बंदा हुंदा है, उस बेहोशी दी हालत विच, मूर्छित हालात विच कौन वेखदा उसनू, उहदा साक्षी कौन हुंदा मूर्छित दा। समाधि की है दसवां सवाल, समाधि किसनू कहिंदे हन। हां जी, तुरियावस्था रूप पनीजै, तुरियावस्था की है, ये ग्यारहवां सवाल है। तुरिया किसनू कहिंदे हन, इहदे बारे भी भाई साहब सानू दसो। एक साखी अर जीव जे होए, बारहवां साखी किसनू कहिंदे आ, साक्षी, साक्षी की है। फिर तेरहवां जीव किसनू कहिंदे ने, जीव कौन है, इहदे बारे भी दसो। जस इन रूप बखानो सोए, इन्हां दा जिहो जिहो जा रूप है सानू दसो, अविद्या बारे भी दसो, माया दा की स्वरूप है, बंधन दा की रूप है, मुक्ति दा की स्वरूप है, जागृत दा की स्वरूप है, सुपन दा, सुखोपति दा, इहदा जिहो जिहो जा रूप है वो सानू दसो। पुनः ब्रह्म निर्णय कर लहो, फिर ब्रह्म दा निर्णय करके दसो भी ब्रह्म दा स्वरूप की है, ये चौदहवां सवाल है। ब्रह्म की है, ब्रह्म दा निर्णय, ए भी सानू दसो करके। पंच कोश को रूप सो कहो, फिर जेड़े अगे पंच कोश ने, पंद्रवां सवाल ए है साडा के पंच कोश की ने, गुरबाणी चाहुंदा ना, एक कोश रो सिद्ध करत लाल, तब चतर पात्रो आयो। एक कोश नू तय करदिआं चार अगे होर आ गए, पंच कोश, पंचकोशा अतीत, शास्त्रां दा सूत्र है, मैं पंचकोशां तों अतीत हाँ, रहत हाँ। महाराज भाई दया सिंह जी, पंच कोश केड़े ने, कोश खजाने नूं कहिंदे आ, कोश तलवार दे म्यान नूं कहिंदे आ, पंच कोश, अन्नमया कोश है, फिर प्राणमया कोश है, मनोमया कोश है, विज्ञानमया कोश है, ते आनंदमया कोश है, पंच कोश ने। भाई साहब सानू इन्हां पंजां कोशां दा स्वरूप दसो, अन्नमया कोश किसनू कहिंदे आ, प्राणमया कोश की है, फिर अगे मनोमया कोश की है, विज्ञानमया कोश की है, आनंदमया कोश की है। ये पंद्रह सवाल भाई दया सिंह जी नू सिंघां ने पुछे ने। हाँ जी, पंद्रह प्रश्न सुने सब कान, प्यारे भाई दया सिंह जी ने सिखां दे सिंघां दे ये पंद्रह सवाल सुने हन। दया सिंह जी करत बखान, भाई साहब भाई दया सिंह जी सिंघां दे ना पंद्रह सवालां दा जवाब दिंदे हन। जिस पर गुरु प्रसन्नता धरै, भाई साहब कहिंदे सिंघो जिहदे ते गुरु साहब प्रसन्न हुंदे है, जिहदे ते सतगुरु जी रीझदे हन, सुन कै दृढ़ निश्चय सो करै, ओही इन्हां बचनां नूं सुन के हिरदे च दृढ़ निश्चय करनगे, ओह जाणनगे जिन्हां ते गुरु की रिझताई होवेगी, प्रसन्नता होवेगी, वह इस बचना नूं सुन के अपने हिरदे च सुनिश्चित करनगे, दृढ़ करनगे। सुनिए सब के रूप बखानो, सुनो मैं इन्हां सारिआं दा रूप तुहानूं, जिहड़े पंद्रह रूप तुसीं पुछे ने सवाल, इन्हां पंद्रह दा रूप तुहानूं दसदे हां। गुर करुणा ते मैं जिम जानो, जिवें गुरु की कृपा नाल मैं जाणिआ तिवें तुहानूं दसदा, गुरु साहब की कृपा नाल ही जाणिआ। भाई दया सिंह कहिंदे मैं आप नहीं जाण सकिआ, गुरु करुणा नाल जिवें मैं जाणिआ उह तिवें तुहानूं दसांगा। जिस जाने अर निर्णय करे, जिस नूं जाणिआ ते निर्णा कीतिआ, जग सागर ते सो नर तरे, जिहड़ा इस नूं जाणदा ते निर्णा करदा
वह इस संसार समुंदर तो पार उतर जाता है, वह इस जगत तो पार उतारा हो जाता है, वह भव सागर तो तर जाता है। सवैया छंद बिन आकार बिन जन्म अनादि रह एक देश ब्रह्म के माहे। भाई साहब भाई दया सिंह जी कहते सुनो अज्ञान की है, पहला सवाल सी ना अज्ञान का की स्वरूप है, कहते सुनो अज्ञान बारे, सूक्ष्म विषय है अज्ञान जिसका स्वरूप नहीं है, कोई रूप नहीं। उदा कह दें भी अज्ञान हनेरा हुंदा काले रंग का, पर असल दे विच अज्ञान का कोई स्वरूप नहीं। सानू कोई पुछदा भाई तू ये गल बारे, आप कहने मैं नहीं जानता, वो जिहड़ा कहने मैं नहीं जानता उहदा कोई रूप है भी की नहीं जानता, इस करके दा कोई रूप नहीं है, ये बिना रूप तो है अज्ञान। फिर अगे कहते हैं आकार भी कोई नहीं है इसका, बिन आकार बिन जन्म, यदा आकार नहीं है कोई, इनू जो कही भी इन्ने आकार का होंदा यदा आकार नहीं है, फिर यदा जन्म भी नहीं है। आखो सतनाम श्री वाहेगुरु। अज्ञान का जन्म नहीं होया, क्योंकि जे अज्ञान का जन्म मनांगे तो मतलब यदि होंद मननी पेगी, तो है ही नहीं, जड़ा है ही नहीं उहदा जन्म किवें मनांगे, इहदा जन्म भी नहीं होया। भाई दया सिंह जी कहिंदे एक इहदा आकार नहीं है तो जन्म भी, जे कोई जन्म हुंदा तो आकार हुंदा ना, जन्म ही नहीं है तो इस करके आकार भी नहीं है। पुछिया किन्ना क पुराणा है ये, किन्ना क पुराणा अज्ञान, तो कहिंदे अनादि पता ही नहीं कदों का है, बिन आकार बिन जन्म अनादि। फिर यदा अनादि का मतलब होंगे भी पता नहीं है किन्ना क पुराना है, अज्ञान बारे नहीं दसया जा सकता किन्ना क पुराना है। आख्या रहिंदा कित्थे है, रह एक देश ब्रह्म के माहे, ये ब्रह्म दे ही किसे हिस्से विच रहिंदा है, ब्रह्म जो व्यापक है उहदे विच किसे जगह ते रहिंदा है। आखो सतनाम श्री वाहिगुरु। ब्रह्म दे ही किसे हिस्से च रहिंदा है, क्योंकि ब्रह्म दे ते विशाल विराट रूप विच तां बहुत कुछ है, उसे दे विराट रूप विच किसे हिस्से ते किसे एक जगह ते रहिंदा है। हाँ जी। नाम अज्ञान लिए खट संगया एक चेतन व्यापक विच ताहे। कहिंदे इसनू अज्ञानक कहिंदे ने, इहदा नाम है अज्ञान जिसका ना जन्म होया ना आकार है, अनादि है और ब्रह्म दे ही किसे एक जगह विच देश विच रहिंदा है, उहदे किसे खास स्थान ते ब्रह्म दे स्वरूप विच ही किते रहिंदा है, इहनू अज्ञान बोलदे ने। उरे अज्ञान ने उस ब्रह्म नू छे हिस्सों में अगे वंड दिता है, खट संगया अज्ञान दे नाल ओ ब्रह्म दी अगे छे प्रकार दी संगया हो गई, छे ना पा दिते अगे ब्रह्म दा ही विभाजन कर दिता इस अज्ञान ने। वह जिहड़े छे हिस्से अगे बने ने उहनां विचों एक है व्यापक चेतन। व्यापक चेतन, व्यापक चेतन दा मतलब है सब अंतर सब बाहर, जो सारिया के अंदर भी है सारिया के बाहर भी है, व्यापक जिमें आकाश है ना, एक दरबार साहब के अंदर भी है तो बाहर भी है, यह व्यापक है। पर आकाश भी कई थावां ते नहीं है, जो तो कोई स्थूल चीज इदा कट्ठी हो जाती उहदे च आकाश नहीं रह जाता, पर परमात्मा तो आकाश नालों भी वध व्यापक है। इस करके एक संग्या उहदी पै गई, अज्ञान तो ही छे संग्यावां छे उहदे हिस्से बने, एक हिस्सा जिसनूं कहा जांदा व्यापक चेतन। चेतन सो सबंध ईश्वरता, दूसरा उहदा स्वरूप बनिया चेतन, एक व्यापक चेतन एक कला चेतन, सब मैं जोत जोत है सोए तिसदा चानण, सब मैं चानण हो, एक कला चेतन है। तीसरा संबंध ईश्वर, माया दे सहित जिहड़ा सबल हो गया उहनू ईश्वर कहण लग पए। हाँ जी। चतुरथ संगया जीव जे आहे, ते चौथा जीव बन गया। इको ब्रह्म दे विच जदों अज्ञान ने पर्दा पाया ना, उस अज्ञान दे करके एक चेतन व्यापक बन गया, दूसरा चेतन हो गया, ते तीसरा जिहड़ा सी
ਉਹ ਜੀਵ ਬਣ ਗਿਆ ਔਰ ਚੌਥਾ ਈਸ਼ਵਰ ਬਣ ਗਿਆ। ਈਸ਼ਵਰ ਜੀਵ ਵਿਭਾਗ ਪੰਚਮੋ, ਤੇ ਜਿਹੜਾ ਪੰਜਵਾਂ ਸੀ ਉਹ ਜੀਵ ਈਸ਼ਵਰ ਦੀ ਜਿਹੜਾ ਵਿਭਾਗ ਹੋਇਆ ਵੀ ਆਹ ਜੀਵ ਹੈ ਆਹ ਈਸ਼ਵਰ ਹੈ, ਇਹ ਜੀਵ ਈਸ਼ਵਰ ਦਾ ਜਿਹੜਾ ਭੇਦ ਹੈ ਉਹ ਪੰਜਵਾਂ ਹੋ ਗਿਆ। ਚਿਦਾਭਾਸ ਖਸ਼ਟਮ ਲੱਖ ਵਾਹੇ, ਫਿਰ ਛੇਵਾਂ ਚਿਦਾਭਾਸ ਜਿਹੜਾ ਅਭਾਸ ਪਿਆ, ਜਿਵੇਂ ਸੂਰਜ ਦਾ ਪ੍ਰਤੀਬਿੰਬ ਪਿਆ ਨਾ ਅਭਾਸ ਸਰੋਵਰ ਦੇ ਵਿੱਚ ਪਿਆ ਤੇ ਸੂਰਜ ਸਰੋਵਰ ਉਹਨੂੰ ਅਭਾਸ ਕਹਿੰਦੇ, ਕਹਿੰਦੇ ਛੇਵਾਂ ਚਿਦਾਭਾਸ ਰੂਪ ਹੋ ਕੇ ਭਾਸਣ ਲੱਗ ਪਿਆ। ਏਦਾਂ ਇਹ ਛੇ ਹਿੱਸੇ ਜਿਹੜੇ ਨੇ ਅਗਿਆਨ ਨੇ ਬ੍ਰਹਮ ਦੇ ਕਰ ਦਿੱਤੇ, ਬ੍ਰਹਮ ਨੂੰ ਛੇ ਟੁਕੜਿਆਂ 'ਚ ਵੰਡ ਦਿੱਤਾ। ਅਸਲ ਵਿੱਚ ਹੈ ਇੱਕੋ ਹੀ, ਉਸ ਇੱਕ ਨੂੰ ਅਗਿਆਨ ਨੇ ਛੇ ਟੁਕੜਿਆਂ 'ਚ ਵੰਡ ਦਿੱਤਾ। ਇਹ ਆਕਾਸ਼ ਇੱਕੋ ਹੀ ਹੈ ਨਾ, ਇੱਕ ਦਰਬਾਰ ਸਾਹਿਬ ਬਣਾਇਆ, ਦਰਬਾਰ ਸਾਹਿਬ ਦੇ ਵਿੱਚ ਬਣਿਆ ਜਿਹੜਾ ਆਕਾਸ਼ ਹੈ ਮਠਾ ਆਕਾਸ਼ ਹੋ ਗਿਆ, ਜਿਹੜਾ ਘੜੇ ਦੇ ਵਿੱਚ ਬਣਿਆ ਉਹ ਘਟਾ ਆਕਾਸ਼ ਹੋ ਗਿਆ। ਆਕਾਸ਼ ਇੱਕੋ ਹੀ ਹੈ ਪਰ ਉਹ ਪੜਦਿਆਂ ਕਰਕੇ ਛੇ ਬਣ ਗਏ। ਤਾਂ ਬ੍ਰਹਮ ਇੱਕੋ ਹੀ ਹੈ ਪਰ ਉਹਦੇ ਛੇ ਹਿੱਸੇ ਬਣਾਏ ਅਗਿਆਨ ਨੇ, ਅਗਿਆਨ ਨੇ ਕੀ ਕੀਤਾ ਉਹਦੇ ਛੇ ਹਿੱਸੇ ਬਣਾ ਦਿੱਤੇ, ਛੇ ਰੂਪ ਬਣਾ ਦਿੱਤੇ। ਇੱਕ ਵਿਆਪਕ ਚੇਤਨ ਹੈ, ਦੂਸਰਾ ਇਕੱਲਾ ਚੇਤਨ ਹੈ, ਤੀਸਰਾ ਜੀਵ ਹੈ ਔਰ ਚੌਥਾ ਈਸ਼ਵਰ ਹੈ ਔਰ ਪੰਜਵਾਂ ਜੀਵ ਈਸ਼ਵਰ ਦਾ ਭੇਦ ਹੈ ਔਰ ਛੇਵਾਂ ਚਿਦਾਭਾਸ ਹੈ। ਜਿਸ ਅਗਿਆਨ ਵੇਖੈ ਇਹ ਖਟ ਹੈ, ਇਹ ਅਗਿਆਨ ਦੇ ਵਿੱਚ ਛੇ ਚੀਜ਼ਾਂ ਨੇ, ਜਿਸ ਅਗਿਆਨ ਵਿੱਚ ਇਹ ਜਿਹੜੇ ਛੇ ਹਨ, ਸੂਖਮ ਭੂਤ ਪ੍ਰਗਟ ਹੋਏ ਨਾਹੇ, ਇਹ ਛੇ ਦੇ ਛੇ ਉਸ ਅਗਿਆਨ 'ਚ ਸੂਖਸ਼ਮ ਰੂਪ ਹੋ ਕੇ ਰਹਿੰਦੇ ਨੇ, ਪ੍ਰਗਟ ਨਹੀਂ ਹੁੰਦੇ, ਬਾਹਰ ਨਹੀਂ ਆਉਂਦੇ ਜਦੋਂ ਤੱਕ, ਉਹਦੇ ਵਿੱਚ ਹੀ ਮਿਲੇ ਰਹਿੰਦੇ ਨੇ ਛੇਵੇਂ ਦੇ ਛੇਵੇਂ ਅਗਿਆਨ ਵਿੱਚ। ਜਿਮ ਬਟ ਬੀਜ ਵੇਖੈ ਜੱਟ ਤੁਕ ਦਲ, ਉਦਾਹਰਣ ਦਿੰਦੇ ਨੇ ਕਿਵੇਂ, ਜਿਵੇਂ ਬੋਹੜ ਦਾ ਬੀਜ ਹੁੰਦਾ ਬਿਲਕੁਲ ਨਿਕਾ ਜਿਹਾ, ਉਸ ਬੋਹੜ ਦੇ ਨਿਕੇ ਜੇ ਬੀਜ ਦੇ ਵਿੱਚ ਕੀ ਹੈ, ਬੋਹੜ ਦੀਆਂ ਟਹਿਣੀਆਂ ਵੀ ਨੇ ਉਹਦੇ 'ਚ, ਜਦੋਂ ਬੀਜੋਗੇ ਫਿਰ ਉੱਗਣਾ ਨਾ, ਪਰ ਉਹਦੇ ਤੋਂ ਪਹਿਲਾਂ ਸਾਰਾ ਕੁਝ ਇਹਦੇ ਵਿੱਚ ਹੈ, ਪ੍ਰਗਟ ਨਹੀਂ ਹੋਇਆ, ਪਰ ਉਸ ਬੀਜ ਦੇ ਵਿੱਚ ਬੋਹੜ ਦੇ ਪੱਤੇ ਵੀ ਨੇ। ਜਿਉਂ ਬਟ ਉਹ ਬੀਜ ਵਿਖਾ ਜੱਟ, ਉਹਦੀਆਂ ਜੜ੍ਹਾਂ ਵੀ ਨੇ ਤੇ ਤੁਕ ਦਾ ਮਤਲਬ ਹੁੰਦਾ ਪੱਤੇ ਵੀ ਹਨ। ਸ਼ਾਖਾ ਕਾਂਡ ਸਹਿਤ ਫਲ ਆਹੇ, ਉਸ ਬੀਜ ਦੇ ਵਿੱਚ ਪੱਤੇ ਵੀ ਨੇ, ਟਹਿਣੀਆਂ ਵੀ ਨੇ, ਵੱਡੇ ਵੱਡੇ ਟਹਿਣੇ ਵੀ ਨੇ, ਫਲ ਵੀ ਹੈ, ਇੱਕੋ ਬੀਜ ਵਿੱਚ ਹੀ ਹੈ ਸਾਰਾ ਕੁਝ, ਪਰ ਦਿਸਦਾ ਨਹੀਂ ਪਿਆ। ਬੋਹੜ ਦਾ ਬੀਜ ਹੈ ਉਹਦੇ 'ਚ ਹੈ ਸਾਰਾ ਕੁਝ ਹੀ, ਪਰ ਉਹ ਦਿਸ ਨਹੀਂ ਰਿਹਾ। ਇਸੇ ਤਰ੍ਹਾਂ ਇਹ ਜਿਹੜੇ ਛੇ ਦੇ ਛੇ ਦੱਸੇ ਨੇ ਉੱਪਰ, ਇਹ ਅਗਿਆਨ ਦੇ ਵਿੱਚ ਰਹਿੰਦੇ ਨੇ ਪਰ ਦਿਸਦੇ ਨਹੀਂ ਹਨ, ਜਦੋਂ ਤੱਕ ਪ੍ਰਗਟ ਨਹੀਂ ਹੁੰਦੇ। ਬੀਜ ਵਿੱਚ ਸਾਰਾ ਦਰਖਤ ਦਿਸਦਾ ਹੈ ਪਰ ਉਹ ਉਦੋਂ ਤੱਕ ਪ੍ਰਗਟ ਨਹੀਂ ਹੁੰਦਾ ਜਦੋਂ ਤੱਕ ਉਹ ਜ਼ਮੀਨ 'ਚ ਬੀਜਿਆ ਨਹੀਂ ਜਾਂਦਾ। ਹਾਂਜੀ, ਤਿਸ ਹੀ ਕੋ ਅਭਿਆਕ੍ਰਿਤ ਕਹੀਆ ਹੈ, ਇਸੇ ਨੂੰ ਅਭਿਆਕ੍ਰਿਤ ਕਹਿੰਦੇ ਨੇ ਸ਼ਾਸਤਰ ਭਾਸ਼ਾ ਦੇ ਵਿੱਚ, ਇਸ ਅਵਸਥਾ ਨੂੰ ਅਭਿਆਕ੍ਰਿਤ ਕਹਿੰਦੇ ਹਨ। ਪੁੰਨ ਅਭਿਅਕਤ ਨਾਮ ਪੀਤਾ ਹੈ, ਇਹਨੂੰ ਅਭਿਅਕਤ ਵੀ ਕਹਿੰਦੇ ਨੇ, ਜਿਹਨੂੰ ਗੁਰਬਾਣੀ 'ਚ ਮਹਾਰਾਜ ਜੀ ਨੇ ਕਹਿਣਾ ਅਭਿਗਤ, ਅਭਗਤ ਸ਼ਬਦ ਬੋਲਿਆ ਅਭਿਗਤ, ਅਭਿਅਕਤ ਇਹਨੂੰ ਗੁਰਬਾਣੀ 'ਚ ਮਹਾਰਾਜ ਜੀ ਨੇ ਇਸ ਤਰ੍ਹਾਂ ਉਚਾਰਿਆ, ਯਾਨੀ ਕਿ ਜੋ ਸਰੀਰ ਤੋਂ ਵਿਅਕਤੀਤਵ ਤੋਂ ਰਹਿਤ ਹੋਵੇ ਉਹਨੂੰ ਕਹਿੰਦੇ ਨੇ ਅਭਿਅਕਤ। ਸਰੀਰ ਨਹੀਂ ਬਣਿਆ, ਪਸਾਰਾ ਨਹੀਂ ਪਸਰਿਆ, ਪਰ ਹੈ ਉਹਨੂੰ ਅਭਿਅਕਤ ਕਹਿੰਦੇ ਹਨ। ਸਾਮਯ ਅਵਸਥਾ ਪ੍ਰਥਮ ਇਹੀ ਹੈ, ਪਹਿਲੀ ਜਿਹੜੀ ਅਵਸਥਾ ਹੈ ਗਿਆਨ ਦੀ ਇਹਨੂੰ ਸਾਮਯ ਅਵਸਥਾ ਇਸੇ ਨੂੰ ਕਹਿੰਦੇ ਹਨ। ਵੇਦਨ ਆਦਿ ਸੰਤ ਸਭ ਪ੍ਰਾਹੇ, ਮਹਾਂਪੁਰਸ਼ਾਂ ਨੇ, ਸੰਤਾਂ ਨੇ, ਵੇਦਾਂ ਨੇ, ਧਰਮ ਗ੍ਰੰਥਾਂ ਨੇ, ਸਭ ਨੇ ਇਹੀ ਦੱਸੀ, ਇਹ ਸਾਮਯ ਅਵਸਥਾ ਇਸੇ ਨੂੰ ਕਹਿੰਦੇ ਹਨ। ਤ੍ਰਿਗੁਣਾਤਮਕਾ ਸਾਮਯ ਅਵਸਥਾ, ਕਹਿੰਦੇ ਤਿੰਨੇ ਗੁਣ ਜਿਹੜੇ ਨੇ ਉਹ ਇਸ ਸਾਮਯ ਅਵਸਥਾ ਦੇ ਵਿੱਚ ਮਿਲੇ ਰਹਿੰਦੇ ਨੇ ਇੱਕ ਜੁੱਟ। ਚੇਤਨ ਭਾਸ ਸਹਿਤ ਪਹਿਚਾਨ, ਉਹਦੇ ਵਿੱਚ ਚੇਤਨ ਦਾ ਅਭਾਸ ਜਿਹੜਾ ਹੈ ਉਹ ਵੀ ਪਹਿਚਾਣੋ, ਜਦੋਂ ਚੇਤਨ ਦਾ ਅਭਾਸ ਪੈਂਦਾ ਹੋਏ ਵਿਕਾਰ ਅਵਸਥਾ ਤਿਸ ਕੀ, ਕਹਿੰਦੇ ਉਹ ਸਾਮਯ ਅਵਸਥਾ ਫਿਰ ਤਬਦੀਲ ਹੁੰਦੀ ਹੈ ਜਦੋਂ ਉਹਦੇ 'ਚ, ਜਦੋਂ ਬੀਜ ਜ਼ਮੀਨ 'ਚ ਬੀਜਿਆ ਬੋਹੜ ਦਾ ਫਿਰ ਹੀ ਉੱਗਿਆ ਨਾ, ਉਹਦੇ 'ਚ ਪੱਤੇ ਵੀ ਪੈਦਾ ਹੋ ਗਏ, ਟਹਿਣੀਆਂ ਵੀ ਪੈਦਾ ਹੋ ਗਈਆਂ। ਜਿਹੜੇ ਇਹ ਛੇ ਸਨ ਅਗਿਆਨ ਵਿੱਚ ਪਹਿਲਾਂ ਤਾਂ ਵਿੱਚੇ ਹੀ ਮਿਲੇ ਹੋਏ ਸੀ, ਜਦੋਂ ਉਹਨਾਂ 'ਤੇ ਚੇਤਨ ਦਾ ਆਭਾਸ ਪਿਆ ਉਹਦਾ ਸਵਰੂਪ ਸਾਮਯ ਅਵਸਥਾ ਦਾ ਤਬਦੀਲ ਹੋਇਆ, ਵਿਕਾਰ ਦਾ ਮਤਲਬ ਹੋਇਆ ਵੀ ਬਦਲਿਆ। ਹਾਂਜੀ,
ਪ੍ਰਿਥਕ ਪ੍ਰਿਥਕ ਬਨ ਤੈ ਗੁਣਵਾਨ। ਫਿਰ ਉਹ ਵੱਖਰੇ ਵੱਖਰੇ ਕਹਿੰਦੇ ਉਹਨਾਂ ਦੇ ਸਰੂਪ ਬਣ ਗਏ ਗੁਣਵਾਨ, ਇੱਦਾਂ ਦੱਸਦੇ ਨੇ। ਸਤ ਰਜ ਤਮ ਗੁਣ ਸੁਧਾ ਸੁਧ, ਕਹਿੰਦੇ ਸਤੋ ਰਜੋ ਤਮੋ ਗੁਣ ਸੁਧ ਅਸੁਧ, ਉਹਨਾਂ ਦੇ ਭਾਵ ਉਹ ਪੈਦਾ ਹੋ ਗਏ। ਇਹ ਚਿਦਾ ਭਾਸ਼ ਜੁਤ ਲੀਏ ਪ੍ਰਧਾਨ, ਚਿਦਾ ਭਾਸ ਦੇ ਸਹਿਤ ਇਹਨਾਂ ਨੂੰ ਪ੍ਰਧਾਨ ਕਿਹਾ ਜਾਂਦਾ ਹੈ। ਸੁਨਹੋ ਸਿੱਖ ਸੋ ਮਾਇਆ ਲਖੀਆ ਹੈ, ਸਿੱਖੋ ਇਹ ਜਿਹੜੇ ਤਿੰਨ ਗੁਣ ਨੇ ਇਹਨੂੰ ਹੀ ਮਾਇਆ ਕਿ। ਦੂਜਾ ਸਵਾਲ ਸੀ ਨਾ ਵੀ ਮਾਇਆ, ਪਹਿਲਾ ਗਿਆਨ ਹੋ ਗਿਆ ਵੀ ਪਹਿਲਾ ਗਿਆਨ ਦੱਸ ਦਿੱਤਾ ਵੀ ਅਗਿਆਨ ਕਹਿੰਦੇ ਜਿਹਦੇ ਵਿੱਚ ਉਹ ਛੇ ਚੀਜ਼ਾਂ ਨੇ ਉਹ ਸਾਮਿਆ ਵਸਤ, ਜਦੋਂ ਉਹਦੇ ਵਿੱਚ ਅਭਾਸ ਪਿਆ ਬ੍ਰਹਮ ਦਾ ਚੇਤਨ ਦਾ, ਉਹਦੇ ਤੋਂ ਫਿਰ ਤਿੰਨ ਗੁਣ ਪੈਦਾ ਹੋਏ। ਉਹ ਤਿੰਨਾਂ ਗੁਣਾਂ ਨੂੰ ਪ੍ਰਧਾਨ ਵੀ ਕਹਿ ਦਿੰਦੇ ਨੇ ਤੇ ਮਾਇਆ ਵੀ ਕਹਿ ਦਿੰਦੇ ਨੇ। ਇਹ ਮਾਇਆ ਦਾ ਸਵਰੂਪ ਰਾਜਗੁਣ ਤਮ ਗੁਣ ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ ਗੁਰਬਾਣੀ ਦਾ ਮਹਾਂਵਾਕ ਹੈ। ਰਜੋ ਗੁਣ ਤਮੋ ਗੁਣ ਸਤੋ ਗੁਣ ਤਿੰਨਾਂ ਨੂੰ ਮਾਇਆ ਕਿਹਾ ਜਾਂਦਾ। ਸਿੱਖੋ ਸਮਝ ਰੇ ਦੇ ਸਭ ਕਰ ਹੈ ਬਖਾਨ, ਇਹਨੂੰ ਸਮਝ ਕੇ ਸਾਰੇ ਬਖਿਆਨ ਕਰਦੇ ਹਨ। ਸਾਮਿਆ ਅਵਸਥਾ ਚਿਦਾ ਪਾਸ਼ ਲੈ, ਕਹਿੰਦੇ ਜਦੋਂ ਸਾਮਿਆ ਅਵਸਥਾ ਨੇ ਚਿਦਾ ਭਾਸ ਨੂੰ ਆਪਣੇ ਵਿੱਚ ਲੈ ਕੀਤਾ, ਲੈ ਪਈ ਬੇਕਾਰ ਅਵਸਥਾ ਸੋਏ, ਕਹਿੰਦੇ ਉਹਦੇ ਤੋਂ ਉਹਦਾ ਸਰੂਪ ਤਬਦੀਲ ਹੋਇਆ। ਸ਼ੁੱਧ ਸਤ ਲੈ ਮਾਇਆ ਜਿਮ ਪੀ, ਕਹਿੰਦੇ ਜਿਵੇਂ ਸਤੋ ਗੁਣ ਦੇ ਸ਼ੁੱਧ ਸਤੋ ਗੁਣ ਦੇ ਸ਼ੁੱਧ ਅਸ਼ੁੱਧ ਦੋ ਭਾਵ ਹੁੰਦੇ ਨੇ, ਕਹਿੰਦੇ ਸਤੋ ਗੁਣ ਦਾ ਜਿਹੜਾ ਸ਼ੁੱਧ ਹਿੱਸਾ ਸੀ ਉਹਦੇ ਤੋਂ ਮਾਇਆ ਬਣ ਗਈ। ਮਲਨ ਸਤਵ ਮੁਖ ਤ੍ਰੈ ਗੁਣ ਜੋਏ, ਜਿਹੜਾ ਮਲਨ ਸਤਵ ਸੀ ਉਹਦੇ ਅੱਗੇ ਤ੍ਰੈ ਗੁਣ ਬਣੇ। ਤਿਸ ਕੋ ਲਏ ਅਵਿਦਿਆ ਜਾਨੋ, ਜਿਹੜਾ ਉਹ ਮਲਨ ਸਤਵ ਸੀ ਉਹਦੇ ਤੋਂ ਅਵਿਦਿਆ ਬਣੀ, ਜਿਹੜਾ ਸ਼ੁੱਧ ਸਤਵ ਸੀ ਉਹਦੇ ਤੋਂ ਮਾਇਆ ਬਣੀ। ਸਿੱਖਾਂ ਦੇ ਤੀਜਾ ਸਵਾਲ ਸੀ ਨਾ ਵੀ ਅਵਿਦਿਆ ਕੀ ਹੈ ਮਾਇਆ। ਭਾਈ ਦਇਆ ਸਿੰਘ ਜੀ ਕਹਿੰਦੇ ਤਿੰਨ ਗੁਣ ਮਾਇਆ ਨੇ, ਸਤੋ ਗੁਣ ਦੀ ਸ਼ੁੱਧ ਅੰਸ਼ ਦੇ ਮਟੀਰੀਅਲ ਤੋਂ ਬਣੀ ਹੈ ਮਾਇਆ, ਔਰ ਉਹਦਾ ਜਿਹੜਾ ਮਲਨ ਗੁਣ ਸੀ ਮਲਨ ਸਤਵ ਸੀ ਉਹਦੇ ਤੋਂ ਬਣੀ ਆ ਅਵਿਦਿਆ। ਗੁਰੂ ਉਪਦੇਸ਼ ਬੇਨਾਸ਼ੀ ਹੋਏ, ਗੁਰੂ ਦੇ ਉਪਦੇਸ਼ ਨਾਲ ਅਵਿਦਿਆ ਖਤਮ ਹੁੰਦੀ ਹੈ। ਜਿਹਨੂੰ ਕਹਿ ਦਿੰਦੇ ਨਾ ਵੀ ਅਗਿਆਨ ਮਾਇਆ ਤੇ ਅਵਿਦਿਆ, ਇਹ ਤਿੰਨੇ ਚੀਜ਼ਾਂ ਦੱਸੀਆਂ ਨੇ, ਇਹਨਾਂ ਦਾ ਨਾਸ਼ ਹੁੰਦਾ ਜਦੋਂ ਅਸੀਂ ਗੁਰੂ ਕੇ ਉਪਦੇਸ਼ ਨੂੰ ਸੁਣ ਕੇ ਉਹਦੀ ਕਮਾਈ ਕਰਦੇ ਹਾਂ। ਗੁਰੂ ਉਪਦੇਸ਼ ਦੁਆਰਾ ਇਸ ਅਵਿਦਿਆ ਦਾ ਨਾਸ਼ ਹੁੰਦਾ ਹੈ। ਅੰਤਸ਼ਕਰਨ ਬਿਰਤ ਜਬ ਉਪਜੀ, ਕਹਿੰਦੇ ਅੰਤਸ਼ਕਰਨ ਦੇ ਵਿੱਚ ਜਦੋਂ ਇਹ ਬਿਰਤੀ ਉਪਜੀ, ਅਹੰ ਬ੍ਰਹਮਸਮੀ ਦ੍ਵੈਤ ਨਾ ਕੋਈ, ਅਹੰ ਬ੍ਰਹਮਸਮੀ ਮੈਂ ਹੀ ਰੱਬ ਹਾਂ, ਮੈਂ ਹੀ ਪਰਮਾਤਮਾ ਦੀ ਅੰਸ਼ ਹਾਂ, ਕਹੇ ਕਬੀਰ ਤੂੰ ਰਾਮ ਕੀ ਅੰਸ਼। ਕਹਿੰਦੇ ਜਦੋਂ ਇਹ ਬਿਰਤੀ ਅੰਦਰੋਂ ਉਪਜ ਗਈ ਉਦੋਂ ਅਵਿਦਿਆ ਖਤਮ ਹੋ ਗਈ, ਉਦੋਂ ਮਾਇਆ ਵੀ ਖਤਮ ਹੋ ਗਈ, ਉਦੋਂ ਅਗਿਆਨ ਵੀ ਖਤਮ ਹੋ ਗਿਆ। ਅੱਗੇ ਜਾ ਕੇ ਹੋਰ ਖੋਲਣਗੇ ਬਚਨ, ਜਿਹੜੇ ਹੋਰ ਸਵਾਲ ਭਾਈ ਸਾਹਿਬ ਨੇ ਕੀਤੇ ਹੈ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਪਾਤਸ਼ਾਹ ਜੀ ਦੀ ਪਾਵਨ ਕਥਾ ਕਥਨ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ।